ਦੁਨੀਆਂ ਕੰਪਨੀਆਂ ਨੇ ਮੇਰੀਆਂ ਪੋਸਟਾਂ ਵੱਡੇ ਵੱਡੇ ਪੋਸਟਰ ਪਾਏ ਕਿ ਨਿੱਕੂ ਅਸੀਂ ਤੁਹਾਡੇ ਨਾਲ ਆ ਟੈਨਸ਼ਨ ਨਹੀਂ ਲੈਣੀ ਤੁਹਾਡੀ ਆਪਣੀ ਕੰਪਨੀ ਜਿੰਨੇ ਮਰਜ਼ੀ ਗਾਣੇ ਕਰੋ ਮੈਂ ਸਾਰੀਆਂ ਕੰਪਨੀਆਂ ਨੂੰ ਅਪਰੋਚ ਕੀਤੀ ਕਿਸੇ ਕੰਪਨੀ ਨੇ ਕੋਈ ਗਾਣਾ ਨਹੀਂ ਕੀਤਾ ਹੁਣ ਮੈਨੂੰ ਕੋਈ ਕਹੇ ਵੀ ਤੂੰ ਸਤਨਾਮ ਸਾਗਰ ਵਰਗੇ ਗਾਣੇ گا ਜਾਂ ਤੂੰ ਆ ਆ ਫਲਾਨੇ ਵਰਗੇ ਗਾਣੇ ਨਹੀਂ ਹੋ ਸਕਦਾ ਮੈਨੂੰ ਗਾਣੇ ਐਸੇ ਮੂਰੇ ਰੱਖ ਦਿੰਦੇਗੇ ਤੁਸੀਂ ਆ ਗਾਣਾ ਗਾਓ ਤੇ ਮੈਂ ਮੱਲੋ ਮੱਲੀ ਮੇਰੇ ਮੂੰਹ ਚੋਂ ਨਾ ਹੀ ਨਿਕਲਣੀ ਸੀ ਮੈਂ ਜਦੋਂ ਸਾਰਿਆਂ ਨੂੰ ਇਹ ਕਿਹਾ ਕਿ ਇੱਕ ਗਾਣਾ ਆਪਾਂ ਕਲੈਬੋਰੇਟ ਕਰਕੇ ਕਰਦੇ ਆ ਕਿਸ ਨੇ ਲਿਖਣ ਵਾਸਤੇ ਕਿਹਾ ਨਾ ਨਾਮੀ ਨਾਮੀ ਬੰਦੇ ਨੂੰ ਲਿਖਣ ਵਾਸਤੇ ਕਿਹਾ ਨਾ ਕਿਸ ਨੇ ਲਿਖ ਕੇ ਦਿੱਤਾ ਨਾ ਕਿਸ ਨੇ ਨਾਲ ਕਲੈਬੋਰੇਟ ਕੀਤਾ ਜਿੱਥੇ ਮੈਂ ਫੇਵਰਨ ਲੈ ਲੈ ਕੇ ਫੀਮੇਲ ਆਰਟਿਸਟਾਂ ਤੋਂ ਵੀ ਗਵਾਏ ਲੇਕਿਨ ਮੈਨੂੰ ਗਾਣੇ ਮਿਲੇ ਨਹੀਂ ਰਹੇ ਤੁਸੀਂ ਇੱਕ ਪਾਸੇ ਕਰੋ ਇੰਡਸਟਰੀ ਮੇਰੇ ਖਿਲਾਫ ਖੜ ਗਈ ਇੱਕ ਪਾਸੇ ਕਰੋ ਮੇਰੇ ਨਾਲ ਖੜੇ ਨਹੀਂ ਨਾਲ ਖੜੇ ਸਾਰੇ ਲੇਕਿਨ ਉਹ ਤੋਂ ਬਾਅਦ ਜਿਹੜੇ ਗਾਣੇ ਬਣੇ ਉਹ ਦਿੱਤੇ ਕਿਉਂ ਨਹੀਂ ਵਾਪਸ ਮੇਰੇ ਨੂੰ ਫਿਬਰੂਅਰ ਲੈ ਲੈ ਕੇ ਗਾਣੇ ਰਿਕਾਰਡ ਕਰਕੇ ਫੜਾ ਚੁੱਕੇ ਹੋ ਲੌਕ ਕਰਕੇ ਦੋ ਕੰਪਲੀਟ ਮੈਨੂੰ ਕਿਉਂ ਨਹੀਂ ਵਾਪਸ ਮਿਲਦੇ ਕਿ ਮੈਂ 9 10 ਮਹੀਨੇ ਵੇਟ ਕੀਤੀ ਕਿ ਮੇਰੀ ਇੰਡਸਟਰੀ ਜੋ ਇੰਨੇ ਲੋਕ ਸੀ ਇੰਨੀਆਂ ਕੰਪਨੀਆਂ ਸੀ ਇੰਨੇ ਰਾਈਟਰ ਸੀ ਇੰਨੇ ਸਿੰਗਰ ਸੀਗੇ ਨਾਲ ਆਉਣਗੇ ਤੁਰਨਗੇ ਆਪਾਂ ਗਾਣੇ ਬਣਾਵਾਂਗੇ ਮੈਂ ਵੇਟ ਹੀ ਕਰਦਾ ਰਿਹਾ ਲੋਕਾਂ ਨੂੰ ਇਹ ਲੱਗਣ ਲੱਗਿਆ ਨਿੱਕੂ ਦੀ ਐਡੀ ਕੰਟਰੋਵਰਸੀ ਹੋਣ ਤੋਂ ਬਾਅਦ ਵੀ ਨਿੱਕੂ ਵਾਪਸ ਕਿਉਂ ਨਹੀਂ ਆ ਰਿਹਾ ਹੁਣ ਜੇ ਮੈਂ ਮਿੰਤਾ ਤਾਂ ਹੀ ਰਹਿੰਦਾ ਕਿ ਯਾਰ ਕਰ ਲਓ ਯਾਰ ਕਰ ਲਓ ਫੇਰ ਮੈਨੂੰ ਪਤਾ ਸੀ ਇਹ ਤਾਂ ਫੇਰ ਮਿੰਤੇ ਰਹਿ ਗਈਆਂ ਹੌਲੀ ਹੌਲੀ ਲੋਕ ਫੇਰ ਭੁੱਲ ਜਾਣਗੇ ਭੱਜਾਂ 9 ਮਹੀਨੇ ਤੇ ਵੀ ਬਹੁਤ ਆ ਜਿਹੜੇ ਪਿਛਲੇ ਨਿਕਲੇ ਨੇ ਜੀ ਕੰਟਰੋਵਰਸੀ ਤੋਂ ਬਾਅਦ ਲੇਕਿਨ ਉਹ ਚ ਨਹੀਂ ਕਿਸਨੇ ਹੱਥ ਪਾਇਆ ਉਸ ਸਮੇਂ ਕੀ ਸੀ ਕਿ ਤੁਸੀਂ ਆਓ ਜੀ ਤੁਹਾਡੇ ਲਈ ਅਸੀਂ ਗਾਣੇ ਬਣਾਉਣੇ ਆ ਜੀ ਉਹ ਪਤਾ ਨਹੀਂ ਕਿਧਰ ਚਲੇ ਗਏ ਜਦੋਂ ਕਿਤੋਂ ਐਡਵਾਂਸ 5-6 ਲੱਖ ਰੁਪਏ ਆਉਣਾ ਇਹਦਾ ਮਤਲਬ ਸੀ ਕਿ ਨਿਕੂ ਉਹਨਾਂ ਦੀ ਵੇਟ ਕਰੂ ਕਿ ਇਹ ਮੇਰੇ ਸ਼ੋ ਹੋਣਗੇ ਹਮ ਲੇਕਿਨ ਹਾਲ ਤੱਕ ਸ਼ੋ ਨਹੀਂ ਹੋਏ ਸਾਲ ਹੋ ਗਿਆ ਇਸ ਗੱਲ ਨੂੰ ਕੋਈ ਸ਼ੋ ਨਹੀਂ ਹੋਇਆ ਉਹ ਕੋਈ ਸ਼ੋ ਨਹੀਂ ਹੋਇਆ ਲੋਕ ਕਨ ਨੂੰ ਇਹ ਲੱਗਣ ਲੱਗਾ ਨਿੱਕੂ ਕਰੋੜਾ ਰੁਪਏ ਕਮਾਈ ਬੈਠਾ ਮੇਰੇ ਘਰੇ ਜਿੰਨਾ ਦੇ ਕਰਜ਼ੇ ਜਿੰਨਾ ਦੇ ਆਪਾ ਪੈਸੇ ਦੇਣੇ ਸੀ ਉਹ ਬੰਦਿਆਂ ਦਾ ਤੰਤਾ ਲੱਗਣਾ ਸ਼ੁਰੂ ਹੋ ਗਿਆ ਬੈਂਕ ਆਉਣੇ ਸ਼ੁਰੂ ਹੋ ਗਈਆਂ ਕਿਸੇ ਹੁਣ ਹਥਿਆਰ ਚੱਕੋਂਗੇ ਉਹਨਾਂ ਵਾਲੇ ਗਾਣੇ ਚੱਕੇ ਨਹੀਂ ਨਾ 1% ਨਹੀਂ ਅੱਜ ਕੱਲੇ ਤਾਂ ਕਹਿੰਦੇ ਹਥਿਆਰ ਚੱਕਿਆ ਕਰਦੇ ਜੇ ਤੁਸੀਂ ਲੜਨਾ ਹੀ ਚਾਹੁੰਦੇ ਜੇ ਤੁਸੀਂ ਹਥਿਆਰਾਂ ਦੀ ਗੱਲ ਕਰਨੀ ਆ ਹਥਿਆਰ ਚੱਕਣੇ ਨੇ ਨਾ ਫਿਰ ਬਾਰਡਰ ਤੇ ਜਾ ਕੇ ਲੜੋ ਨਾ ਸਾਡੇ ਗਾਣਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਨੌਜਵਾਨਾਂ ਤੇ ਅਸਰ ਨਹੀਂ ਪੈਂਦਾਗਾ ਵੀ ਫਰਕ ਤਾਂ ਪੈਂਦਾ ਪੈਂਦਾ ਫਰਕ ਤਾਂ ਪੈਂਦਾ ਜਿਹੜੇ ਇਦਾਂ ਦੇ ਗਾਣੇ ਨੇ ਸਾਡੀ ਜਨਰੇਸ਼ਨ ਤੇ ਜਿਹੜੀਆਂ ਹੁਣ ਨਵੀਆਂ ਜਨਰੇਸ਼ਨਸ ਨੇ ਉਹਨਾਂ ਤੇ ਅਸਰ ਪਾਉਂਦੇ ਨੇ ਮੇਰਾ ਦੋਸਤ ਉਹਦੇ ਬੱਚੇ ਨਾਲ ਕਹਿੰਦੇ ਅੰਕਲ ਇਹ ਜਿਹੜੇ ਕਹਿੰਦੇ ਉਹਨਾਂ ਨੇ ਸਾਡਾ ਕਲਚਰ ਆ ਸਾਡੀ ਪੰਜਾਬੀ ਮਾਂ ਬੋਲੀ ਵਾਲੇ ਗੀਤ ਇਹ ਨੇ ਉਹ ਮੈਂ ਕਹਿੰਨੀ ਪਤਾ ਹੀ ਨਹੀਂ ਹੈਗਾ ਆਪਸ ਵਿੱਚ ਕਦੇ ਹੋਇਆ ਵੀ ਗਾਣਾ ਪਹਿਲਾਂ ਮੈਂ ਕੱਢਣਾ ਅਰਵਿੰਦਰ ਦਾ ਬਾਅਦ ਚਾਊਗਾ ਯਾਰ ਅਰਵਿੰਦਰ ਕਹਿੰਦੇ ਉਹ ਮੈਂ ਕਰਨਾ ਇਹ ਜੋ ਤਸਲਾਹ ਕਰ ਕਰਕੇ ਗਾਣੇ ਕਰਦੇ ਹੁੰਦੇ ਸੀ ਅੱਜ ਸਾਡੀ ਤਾਂ ਹਰੇਕ ਰੌਲਾ ਹੀ ਪੈ ਜਾਂਦਾ ਹੈ ਕਦੇ ਬੈਠ ਕੇ ਇਹ ਸਲਾਹ ਕੀਤੀ ਵੀ ਆਪਾਂ ਵੀ ਕੋਈ ਕੰਟਰੋਵਰਸੀ ਕਰਦੇ ਆ ਲੋਕ ਸੁਣਿਆ ਕਰਨਗੇ ਜਲਦੀਆਂ ਪਹਿਲਾਂ ਵੀ ਸੀ ਗਿਆ ਸਾਡਾ ਵੀ ਇੱਕ ਗਾਣਾ ਚੱਲਿਆ ਸੀ ਜਦੋਂ ਤੇਰੇ ਪਿੱਛੇ ਜਾਣ ਦਾ ਖਤਰਾ ਤੂੰ ਮੇਰਾ ਗੀਤ ਲੀਕ ਕਰਨਾ ਮੈਂ ਤੇਰੇ ਬਾਰੇ ਐ ਬੋਲੂ ਫਿਰ ਤੈਨੂੰ ਗਾਲਾਂ ਕੱਢੂ ਅੱਜ ਕੱਲ ਤਾਂ ਸਿਸਟਮ ਹੋ ਗਿਆ ਅੰਮ੍ਰੀ ਹੁਣ ਕਈ ਵਾਰ ਹੋਈਆਂ ਕੰਟਰੋਵਰਸੀਆਂ ਜੀਆਂ ਮੈਨੂੰ ਨਾਲ ਆਪਸ ਵਿੱਚ ਆਉਣ ਲੱਗ ਗਿਆ ਕਿ ਸਾਡੇ ਲੋਗਾਂ ਨੇ ਆਦਤ ਪੈ ਗਈ ਜਿਹੜੀਆਂ ਖਬਰਾਂ ਚੱਲਦੀਆਂ ਅੱਜ ਕੱਲ ਉਹ ਵੀ ਜੇ ਉਹਨਾਂ 'ਚ ਤੜਕਾ ੜਕਾ ਮਸਾਲਾ ਹੋਊਗਾ ਫਿਰ ਖਬਰਾਂ ਸੁਣਦੇ ਨੇ ਬੇਚੈ ਹੋ ਗਿਆ ਤੇ ਇਹ ਹੋ ਗਿਆ ਉਹ ਉਸਨੇ ਇਥੇ ਅਸੀਂ ਮਸਾਲਾ ਲਾ ਕੇ ਚੀਜ਼ਾਂ ਸੁਣਨ ਦੇ ਆਦੀ ਹੋ ਗਏ ਇੱਕ ਸਮਾਂ ਆ ਗਿਆ ਕਿ ਨਿੱਕੂ ਦੀ ਧੌਣ ਹਿਲਣੋਂ हट ਗਈ ਜ਼ਿੰਦਗੀ ਹਿਲ ਗਈ ਧੌਣ ਹਿਲਣੋਂ ਨਹੀਂ ਹਟੀ ਧੌਣ ਤਾਂ ਹੁਣ ਵੀ ਉਦਾਂ ਹਿਲਦੀ ਆ ਬਾਬੇ ਦੀ ਕਿਰਪਾ ਨਾਲ ਚੱਲੀ ਜਾਂਦਾ ਕੰਮ ਨਹੀਂ ਤੁਸੀਂ ਇੱਕ ਵਾਰੀ ਇਹ ਕਹਿਤਾ ਸੀ ਵੀ ਮੇਰਾ ਕੰਮ ਹੀ ਖੜ ਗਿਆ ਸੀ ਨਸੀਬੋ ਜਿਹੜੀਆਂ ਸੀਗੀਆਂ ਜਿਹੜੀਆਂ ਕੁੜੀਆਂ ਇੱਧਰ ਰਹਿ ਗਈਆਂ ਸੀ ਤੇ ਉਹ ਆਪਣੇ ਪਰਦੇਸੀਆਂ ਨੂੰ ਯਾਦ ਕਰਦੀਆਂ ਸੀ ਜਿਹੜੇ ਰਿਲੇਟਿਵ ਕਰਦੀਆਂ ਸੋਸ਼ਲ ਫੀਲ ਨੂੰ ਉਸ ਸਰਦਾਰ ਜਬੀਨ ਉਹਨਾਂ ਨੇ ਜਿਸ ਜਦੋਂ ਗਾਣਾ ਮੰਗਿਆ ਉਹਨਾਂ ਨੇ ਦਿੱਤਾ ਨਹੀਂ ਕਹਿੰਦੇ ਸੰਦੀਪ ਉਹਨਾਂ ਨੇ ਰਿਕਾਰਡ ਕੀਤਾ ਰਜਿੰਦਰ ਭਾਜੀ ਕਹਿੰਦੇ ਜਿਹੜੇ ਫਾਈਨਟੋਨ ਸੀ ਜਿਨ੍ਹਾਂ ਨੇ ਜਿੱਥੇ ਮੇਰੀ ਸ਼ੁਰੂਆਤ ਹੋਈ ਆ ਮੈਨੂੰ ਕਹਿੰਦੇ ਨਿਕੁਤ ਆਉ ਹੁਣ ਤੇਰੀ ਬਾਤ ਚ ਗਾਣਾ ਹੈ ਹੂੰ ਰਾਜ ਤੋਂ ਕਿਵੇਂ ਲੈਣਾ ਮੇਰੀ ਟੈਨਸ਼ਨ ਹੈ ਤੁਹਾਡਾ ਗਾਣਾ ਆਉਂਦਾ ਹੈਗਾ ਜਿਸਮਾ ਤੋਂ ਪਾਰ ਦੀ ਗੱਲ ਹੈ ਜੀ ਸਰਗੀ ਹੁਣੇ ਉਹ ਗਾਉਂਦੇ ਨੇ ਪੰਜਾਬ ਦੀ ਕੁੜੀ ਆ ਤੇ ਬਾਅਦ ਚ ਜਾ ਕੇ ਪਤਾ ਲੱਗਦਾ ਹੈ ਤੇ ਇੰਦਰਜੀਤ ਮੁਕੂ ਦਾ ਗਾਣਾ ਪਰ ਸਰਗੀ ਮਾਨ ਅੱਜ ਵਿਦੇਸ਼ ਦੇ ਜਿਹੜੇ ਲਾਉਂਦੀ ਹੈ ਤੇ ਨਿਕੁ ਪੰਜਾਬ ਦਾ ਹੈ ਉਹ ਜਿਹਨੇ ਰੀਲ ਜਿੱਦੀ ਰੀਲ ਚੱਲੀ ਆ ਨਾ ਉਹ ਤੋਂ ਇੱਕ ਵਾਰ ਗਵਾ ਕੇ ਉਹਨੂੰ ਅਵਾਰਡ ਦਵਾ ਦਿਆ ਕਰੋ ਤੁਹਾਨੂੰ ਦੁੱਖ ਲੱਗ ਰਿਹਾ ਆਪਣਾ ਬੱਚਾ ਜੰਮਿਆ ਹੋਇਆ ਆਪਣਾ ਬੱਚਾ ਪਾਲ ਪਲੋਸ ਕੇ ਜਦੋਂ ਕਿਸੇ ਕੋਈ ਹੋਰ ਚੱਕ ਕੇ ਲੈ ਜਾਵੇ ਤੁਹਾਨੂੰ ਤਕਲੀਫ ਨਹੀਂ ਹੋਣੀ ਜਿਸ ਮਾਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਕੋਈ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ ਕਲਾਕਾਰਾਂ ਦੇ ਨਾਲ ਖੜਨੇ ਆ ਮੇਰਾ ਗਾਣਾ ਉਹ ਵੀ ਮੈਂ ਤਾਂ ਆਪ ਕਹਿੰਨਾ ਮੈਂ ਤਾਂ ਕਹਿੰਨਾ ਮੈਂ ਸਾਰੀ ਤੁਸੀਂ ਆਪ ਸਮਝੀ ਦੀ ਗੱਲ ਕਰ ਰਹੇ ਮੈਂ ਤਾਂ ਹੁਣ ਵੀ ਕਹਿੰਨਾ ਕਿ ਉਹ ਕੁੜੀ ਦੀ ਜੇ ਜ਼ਿੰਦਗੀ ਇਸ ਗਾਣੇ ਨਾਲ ਬਣੀ ਆ ਇਹ ਤੋਂ ਵੱਡੀ ਗੱਲ ਕੋਈ ਨਹੀਂ ਜਿਹੜੇ ਸਮੇਂ 'ਚ ਇਹ ਗਾਣਾ ਮੇਰਾ ਆਇਆ ਉਹਨਾਂ ਦਿਨਾਂ 'ਚ ਮੈਨੂੰ ਮੈਨੂੰ ਤਾਂ ਸਾਡੀ ਸਾਰੀ ਇੰਡਸਟਰੀ ਤੋਂ ਜ਼ਿਆਦਾ ਲੋਡ ਮੈਨੂੰ ਸੀ ਉਸ ਸਮੇਂ ਜੀ ਜਿਹੜਾ ਚੰਗਾ ਕੰਮ ਸੀ ਉਹ ਚੱਕ ਕੇ ਕਿਸੇ ਨੂੰ ਬਣਾ ਬਣਾ ਕੇ ਕਿਸੇ ਹੋਰ ਨੂੰ ਪਰੋਸਿਆ ਜਾਵੇ ਤਕਲੀਫ ਤਾਂ ਹੁੰਦੀ ਹੈ ਰੈਂਦੀ ਜ਼ਿੰਦਗੀ ਤੱਕ ਸਰਗੀ ਨੂੰ ਜਿਸਮਾ ਤੋਂ ਪਾਰ ਗਾਣੇ ਨਾਲ ਜਾਣਿਆ ਜਾਊਗਾ ਇਹ ਗੱਲ ਸੱਚਾਈ ਹੈ ਵੀਟ ਦੇਸੀ ਆ 데시빗 프로그램 ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਅਸੀਂ ਉਹ ਪੁਰਾਣੇ ਕਲਾਕਾਰ ਲੱਭ ਕੇ ਲੈ ਕੇ ਆਉਨੇ ਆ ਜਿਹੜੇ ਕਿਸੇ ਸਮੇਂ ਚ ਮਕਬੂਲ ਹੁੰਦੇ ਸੀ ਅੱਜ ਸਾਡੇ ਨਾਲ ਉਹ ਕਲਾਕਾਰ ਹੈ ਜਿਹੜਾ ਵਿਵਾਦਤ ਵੀ ਰਹਿੰਦਾ ਹੈਗਾ ਪਰ ਉਹਦਾ ਗੀਤ ਬੜਾ ਮਕਬੂਲ ਰਿਹਾ ਤੇ ਮੇਰੀ ਮਾਤਾ ਕਹਿੰਦੀ ਸੀ ਹੈਲਦੀ ਜਿਹਾ ਉਣ ਵਾਲਾ ਮੁੰਡਾ ਆ ਗਿਆ ਨਸੀਬੋ ਚੇਤੇ ਕਰਦੀ ਹੈ ਬਾਈ ਇੰਦਰਜੀਤ ਨਿੱਕੋ ਸਤਿ ਸ਼ਕਾਲ ਬਾਈ ਸਤਿ ਸ਼ਕਾਲ ਹੈਪੀ ਬਰਥਡੇ ਤੁਹਾਨੂੰ ਸਤਿ ਸ਼ਕਾਲ ਜੀ ਥੈਂਕ ਯੂ ਵੈਰੀ ਮੱਚ ਸਾਰੇ ਚੈਨਲ ਦੇਖਣ ਵਾਲੇ ਸਾਰੇ ਵੀਰਸ ਨੂੰ ਬਹੁਤ ਸਾਰਾ ਪਿਆਰ ਬਸਰਾ ਸਤਿਕਾਰ થેન્ક યુ વેરી મચ ਤੁਸੀਂ ਜਿਹੜਾ ਨਿਕਲੂ ਦੁਆਰਾ ਇਹ ਮੌਕਾ ਦਿੱਤਾ ਸਾਡੀ ਇਸ ਇੰਡਸਟਰੀ ਦੇ ਵਿੱਚ ਦੁਬਾਰਾ ਮੈਨੂੰ ਗਾਉਣ ਦਾ ਜਿਹੜਾ ਮੌਕਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਉਹਦੇ ਲਈ ਹਮੇਸ਼ਾ ਤੁਹਾਡਾ ਰਿਣੀ ਤੁਹਾਡਾ ਨਿਕਲੂ ਹੂੰ ਜੈਸਿਕਾ ਆਨੰਦ ਵੀ ਸਾਡੇ ਨਾਲ ਨੇ ਮਾਡਲ ਦੇ ਤੌਰ ਤੇ ਆ ਰਹੇ ਨੇ ਤੁਹਾਡੇ ਨਾਲ ਤੁਹਾਡਾ ਵੀ ਸਵਾਗਤ ਹੈ ਭਾਈ ਮੇਰੀ ਮਾਤਾ ਕਹਿੰਦੀ ਸੀ ਜਿਹੜੀ ਤੂੰ ਆਉਣ ਤੁਸੀਂ ਹਲਾਉਂਦੇ ਹੁੰਦੇ ਸੀ ਇਹ 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 ਆਪਣੀ ਵੀ ਹਲਦੀ ਹੈ ਮੈਨੂੰ ਐ ਸੀ ਥੋੜੀ ਮੋਟੀ ਹੋ ਗਈ ਸ਼ਾਇਦ ਹਿਲਣ ਵਟ ਗਈ ਓਏ ਐਕਚੁਅਲੀ ਜਦੋਂ ਪਹਿਲੀ ਵਾਰ ਗਾਣਾ ਗਾਉਣ ਗਿਆ ਸੀ ਉਹ ਕਿਉਂਕਿ ਕੈਮਰੇ ਸਾਹਮਣੇ ਕਦੇ ਖੜਨ ਦੀ ਆਤਤ ਨਹੀਂ ਸੀ ਪਤਾ ਨਹੀਂ ਸੀ ਹੈ ਨਾ ਹੂੰ ਉਹ ਜਦੋਂ ਗਾਣਾ ਮੰਗਾਉਣ ਲੱਗਾ ਤੇ ਜਿਹੜੇ ਡਾਇਰੈਕਟਰ ਸੀ ਦੂਰੋਂ ਮੈਨੂੰ ਕਹਿੰਦੇ ਥੋੜਾ ਜਿਹਾ ਹਿਲਕੇਗਾ ਮੈਂ ਬਥੇਰਾ ਜ਼ੋਰ ਲਾ ਮੈਂ ਤਾਂ ਸਤਜੋਗੀ ਬਣ ਬੇਟਾ ਹਿਲਕੇਗਾ ਮੈਂ ਫਿਰ ਸਤਜੋ ਹਿਲਕੇਗਾ ਜਦੋਂ ਜਿੰਨੀ ਜ਼ੋਰ ਦੀ ਬੋਲਿਆ ਉਹਨਾਂ ਨੇ ਮੈਂ ਕਿਹਾ ਸਤਜੋਗੀ ਬਣ ਨਹੀਂ ਉਹ ਤਾਂ ਕੱਲੀ ਧੌਣ ਹੀ ਹਿੱਲੀ ਉਹ ਦੱਸਣ ਲੱਗਾ ਧੌਣੇ ਲਈ ਮੈਨੂੰ ਕਹਿੰਦੇ ਬੱਸ ਇਹ ਧੌਣ ਲਾਉਣੀ ਆ ਤੇ ਨਾਲ ਹੱਥ ਚੱਕ ਕੇ ਕੰਨ ਤੇ ਰੱਖ ਲੈਣੇ ਸਤ ਜੋਗੀ ਬਣਿਆ ਨਹੀਂ ਜਾਣਾ ਤੂੰ ਨਾ ਕਰਦੀ ਸਾਈ ਇਹ ਬਈ ਹਲਾ ਮੈਂ ਤੁਸੀ ਉਹ ਨਸੀਬੋ ਚੇਤੇ ਦੇ ਕੁਝ ਬੋਲ ਸੁਣਾ ਦਵਾਂਗੇ ਰਾਜਬਰਾਹਣ ਦਾ ਲਿਖਿਆ ਸੀਗਾ ਸਾਡਾ ਭਰਾ ਇਸ ਟਾਈਮ ਦੁਨੀਆ ਤੇ ਨਹੀਂ ਪੂਰੀ ਦੁਨੀਆ ਉਹਨਾਂ ਦੇ ਗਾਣਿਆਂ ਨੂੰ ਉਹਨਾਂ ਦੀ ਸਖਸ਼ੀਤ ਨੂੰ ਹਮੇਸ਼ਾ ਪਿਆਰ ਕਰਦੇ ਰਹੋ ਰਾਜਬਾਈ ਦਾ गीत ਸੀਗਾ ਦਲਸ਼ਾਦ ਉਹਨਾਂ ਦਾ ਕਜ਼ਨ ਸੀ ਸੰਦੀਪ ਅਕਤਰ ਦਲਸ਼ਾਦ ਅਕਤਰ ਉਹ ਵੀ ਇਸ ਦੁਨੀਆ 'ਚ ਨਹੀਂ ਹੈ ਉਹ ਵੀ ਹੈ ਨਹੀਂ ਇਸ ਦੁਨੀਆ 'ਤੇ ਉਹਨਾਂ ਨੇ ਗਾਣਾ ਗਾਉਣਾ ਸੀ ਉਹਨਾਂ ਦੇ ਸਮੇਂ 'ਚ ਲੇਕਿਨ ਮੇਰੇ ਹਿੱਸੇ ਹਾਂ ਮੇਰੇ ਨਾਲ ਉਹਨਾਂ ਉਹਨਾਂ ਦੇ ਪਰਿਵਾਰ ਨਾਲ ਇੱਕ ਵਾਰੀ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਵੀ ਸੀ ਮੈਨੂੰ ਇਹ ਗੱਲ ਜੀ ਜੀ ਮੁੜ ਕੇ ਆ ਪਰਦੇ ਸਾਂਚੋਂ ਨਸੀਬੋ ਚੇਤੇ ਕਰ ਦਿਆ ਚੇਤੀ ਬੋੜਤ ਵੀ ਬਾਵੇ ਵੇ ਜੋਗਣ ਜੰਦੀ ਮਰਦੀ ਆ ਵਿੱਚੋਂ ਵਿੱਚ ਜਾਂਦੀ ਖਰਦੀ ਆ ਵੇ ਮੁੜ ਕੇ ਆ ਪਰਦੇਸਾਂ ਚੋਂ ਨਸੀਬੋ ਚੇਤੇ ਕਰਦੀ ਆ ਕੀ ਬਾਤ ਆ ਲੋਕ ਉਦੋਂ ਮਹਿਸੂਸ ਕਰਦੇ ਸੀ ਜਿਹੜੇ ਲੋਕ ਵਿਦੇਸ਼ ਗਏ ਹੋਏ ਸੀਗਾ ਤਾਂ ਨਸੀਬੋ ਚੇਤੇ ਵੀ ਕਰਦੀਆਂ ਸੀ ਯਾਰ ਗਾਣਿਆਂ ਦਾ ਫੀਲ ਵੀ ਸੀ ਐਂਡ ਅਸਲ ਜ਼ਿੰਦਗੀ ਨਾਲ ਬਹੁਤ ਜੁੜੇ ਹੋਏ ਗਾਣੇ ਸੀ ਇਹ ਭਾਵੇਂ ਜਦੋਂ ਇਹ ਗਾਣਾ ਚੱਲਦਾ ਸੀ ਤੇ ਨਸੀਬੋ ਜਿਹੜੀਆਂ ਸੀਆਂ ਜਿਹੜੀਆਂ ਕੁੜੀਆਂ ਇੱਧਰ ਰਹਿ ਗਈਆਂ ਸੀ ਤੇ ਉਹ ਆਪਣੇ ਪਰਦੇਸੀਆਂ ਨੂੰ ਯਾਦ ਕਰਦੀਆਂ ਸੀ ਤੇ ਰਿਲੇਟ ਵੀ ਕਰਦੀਆਂ ਸੀ ਸੋਚੀ ਨੂੰ ਫੀਲ ਨੂੰ ਐਕਚੁਅਲੀ ਜਦੋਂ ਗਾਣਾ ਬਣਿਆ ਇਹ ਰਾਜਬਾਈ ਉਹਨਾਂ ਨੂੰ ਸੀ ਜਦੋਂ ਗਾਣਾ ਮੰਗਿਆ ਉਹਨਾਂ ਨੇ ਦਿੱਤਾ ਨਹੀਂ ਕਹਿੰਦੇ ਸੰਦੀਪ ਉਹਨਾਂ ਨੇ ਰਿਕਾਰਡ ਕੀਤਾ ਤੇ ਚਰਨਜੀਤ ਹੁਜਾ ਜੀ ਨੇ ਰਿਕਾਰਡ ਕੀਤਾ ਹੋਇਆ ਹਮ ਰਜਿੰਦਰ ਭਾਜੀ ਕਹਿੰਦੇ ਜਿਹੜੇ ਫਾਈਨ ਟਨ ਸੀ ਜਿਨ੍ਹਾਂ ਨੇ ਜਿੱਥੇ ਮੇਰੀ ਸ਼ੁਰੂਆਤ ਹੋਈ ਆ ਮੈਂ ਅਰਵਿੰਦਰ ਗਰੇਵਾਲ ਅੰਗਰੇਜ਼ ਅਲੀ ਦਲਜੀਤ ਕੁਲਵਿੰਦਰ ਢਿੱਲੋਂ ਸਾਰੇ ਅਸੀਂ ਉੱਥੇ ਸ਼ੁਰੂ ਹੋਏ ਆ ਹਮ ਮੈਨੂੰ ਕਹਿੰਦੇ ਨਿਕੁਤ ਆਉ ਹੁਣ ਤੇਰੀ ਵਾਚੀ ਗਣਾ ਹੈ ਹੂੰ ਰਾਜ ਤੋਂ ਕਿਵੇਂ ਲੈਣਾ ਮੇਰੀ ਟੈਨਸ਼ਨ ਹੈ ਅਸੀਂ ਬਥੇਰਾ ਟਰਾਈ ਕੀਤਾ ਰਾਜਬਾਹ ਨੇ ਦਿੱਤਾ ਨਹੀਂ ਗਣਾ ਹੂੰ ਦਲਜੀਤ ਤੁਰ ਗੋਟਿਆ ਸਾਹਿਬ ਉਹਨਾਂ ਦੇ ਨਾਲ ਸਾਡੇ ਇੱਥੇ ਫਾਈਨਟਨ ਕੰਪਨੀ ਚ ਆ ਜਿਹੜੇ ਮੁੰਡੇ ਜਿੰਨੇ ਵੀ ਗਾਉਂਦੇ ਸੀ ਆਰਟਿਸਟ ਉਹਨਾਂ ਦੀ ਰਿਵੀਜ਼ਨ ਕਰਾਉਂਦੇ ਸੀ ਉਹਨਾਂ ਨੂੰ ਸਿਖਾਉਂਦੇ ਹੁੰਦੇ ਸੀ ਉੱਥੇ ਜੀ ਜਿਵੇਂ ਮੈਂ ਆਪਣੇ ਉਸਤਾਦ ਜੀ ਤੁਸ਼ਮਸ਼ਾਹ ਜੀ ਤੋਂ ਸਿੱਖ ਕੇ ਕੰਪਿਸ਼ਨਰ ਕਰਕੇ ਉੱਥੇ ਪਹੁੰਚਿਆ ਫਿਰ ਉਹ ਤੁਰ ਪਟੇ ਸਾਹਿਬ ਨੂੰ ਰਿਪੀਟ ਕਰਾਉਂਦੇ ਸੀਗੇ ਰਜਿੰਦਰ ਭਾਜੀ ਕਹਿੰਦੇ ਤੁਰ ਗੋਟਿਆ ਹੂੰ ਤੂੰ ਲਿਖ ਦੇ ਗਾਣਾ ਉਹ ਕਹਿੰਦਾ ਰਜਿੰਦਰ ਸਿੰਘ ਵੀ ਇਹ ਤਾਂ ਰਾਜ ਦਾ ਗਾਣਾ ਕੁਛ ਨਹੀਂ ਹੁੰਦਾ ਆਪਾਂ ਨਵਾਂ ਰਾਜ ਦਾ ਪਾਦਾਂਗੇ ਧੁਰਕੋਟੇ ਸਾਹਿਬ ਨੇ ਸਾਰਾ ਲਿਖਤਾ ਇਹ ਰੰਗਲਾ ਚੂੜਾ ਵੇ ਰੰਗ ਇਹਦਾ ਗੂੜਾ ਵੇ ਕਿਤੇ ਨਾ ਫਿੱਕਾ ਪੈ ਜਾਵੇ ਮੇਰੀ ਨਾ ਮਹਿੰਦੀ ਲਹਿ ਜਾਵੇ ਹੂੰ ਅਸੀਂ ਤੈਨੂੰ ਰੱਬ ਮੰਨ ਬੈਠੇ ਆਂ ਰੂਹ ਤੇਰੀ ਪੂਜਾ ਕਰ ਦਿਆ ਸਾ ਦਾ ਕੋਣ ਵੇ ਦਰਦੀ ਆ ਮੁੜ ਕੇ ਆਪਰਦੇਸਾਂ ਚੋਂ ਨਸੀਬੋ ਚੇਤੇ ਕਰਦੀ ਆ ਵੱਡਾ ਅੰਤਰਾ ਸੀ ਇਹਦਾ ਜੀ ਅਚੋਤ ਬਸ ਜਦੋਂ ਰਿਕਾਰਡ ਕਰਨ ਲਈ ਅਸੀਂ ਦਿੱਲੀ ਪਹੁੰਚੇ ਕਿਉਂਕਿ ਕਿੱਟੂ ਭਾਜ ਨੇ ਰਿਕਾਰਡ ਕੀਤੀ ਸੀ ਦਿੱਲੀ ਸੰਗੀਤ ਕਾ ਸਟੂਡੀਓ ਹਮ ਚਰਨਜੀਤ ਓਜਾ ਦਾ ਸਟੂਡੀਓ ਜੀ ਉੱਥੇ ਪਹੁੰਚੇ ਤੇ ਉੱਥੇ ਓਜਾ ਸਾਹਿਬ ਦੇ ਸਟੂਡੀਓ ਦੇ ਬਾਹਰ ਹੀ ਰਾਜਬਾਈ ਬੈਠਾ ਹਮ ਕੀ ਕਰਨਾ ਹੈ ਤੋ ਮੈਨੂੰ ਇਦਾਂ ਬੁਲਾਉਂਦਾ ਸੀ ਪਹਿਲਾਂ ਪਹਿਲਾਂ ਸਾਡੀ ਬਾਜ ਤਾਂ ਯਾਰੀ ਬਹੁਤ ਪੈ ਗਈ ਸੀ ਨਾ ਮੈਂ ਕਿਹਾ ਬਾਈ ਤੁਹਾਡੇ ਵਾਲਾ ਗਾਣਾ ਰਿਕਾਰਡ ਕਰਨਾ ਹੈ ਨਸੀਬੋ ਮੈਂ ਤਾਂ ਤੁਹਾਨੂੰ ਦਿੱਤਾ ਹੀ ਨਹੀਂ ਮੈਂ ਕਿਹਾ ਜੀ ਉਹ ਤਾਂ ਮੈਂ ਦੂਰਦਰਸ਼ਨ ਤੇ ਤਾਂ ਗਾਇਆ ਆ ਉੱਥੇ ਲਾਈਵ ਰਿਕਾਰਡ ਹੁੰਦਾ ਸੀਗਾ ਜੀ ਤੇ ਹੁਣ ਕੈਸਟ ਚ ਰਹਿ ਗਿਆ ਤੇ ਉਹ ਇੱਥੇ ਅਸੀਂ ਕਰਨਾ ਆ ਤੇ ਅੱਜ ਰਿਕਾਰਡ ਹੋ ਜਾਣਾ ਜਦੋਂ ਨੂੰ ਲੱਗਿਆ ਕਿ ਵੀ ਇਹ ਤਾਂ ਹੁਣ ਕਰ ਲਿਆ ਇਹਨਾਂ ਨੇ ਕਿਉਂਕਿ ਦੂਰਦਰਸ਼ਨ ਤੇ ਚੱਲਿਆ ਤੇ ਪੂਰੀ ਦੁਨੀਆ ਚ ਪਹੁੰਚ ਗਿਆ ਜੀ ਮੈਨੂੰ ਕਹਿੰਦੇ ਦਿਖਾ ਤਾਂ ਕੀ ਆ ਜਦੋਂ ਮੈਂ ਦਿਖਾਇਆ ਆ ਕੀ ਲਿਖਿਆ ਐਂਟਰਟੇਨਟਰੇ ਫਿਰ ਦੁਬਾਰਾ ਸਾਰਾ ਰਾਜਬਾਈ ਨੇ ਲਿਖਿਆ ਉਹੀ ਗਾਣਾ ਜਿਹੜਾ ਦੂਰਦਰਸ਼ਨ ਤੇ ਰਿਕਾਰਡ ਹੋਇਆ ਉਹ ਤੂਰਕੋਟੀ ਸਾਹਿਬ ਦਾ ਲਿਖਿਆ ਹੋਇਆ ਜੀ ਜਿਹੜਾ ਟੇਪ ਦੇ ਵਿੱਚ ਰਿਕਾਰਡ ਹੋਇਆ ਉਹ ਰਾਜਬਾਈ ਉਹ ਰਾਜਬਾਈ ਦਾ ਲਿਖਿਆ ਹੈ ਕਿਆ ਬਾਤ ਹੈ ਮੁੰਤਾਜ ਗਾਣਾ ਵੀ ਤੁਹਾਡਾ ਬੜਾ ਖੂਬਸੂਰਤ ਸੀ ਮੁਹੱਬਤ ਦੀ ਗੱਲ ਤੁਹਾਡੇ ਗਾਣਿਆਂ ਚ ਹੁੰਦੀ ਸੀ ਤੁਸੀਂ ਹੁਣ ਹਥਿਆਰ ਚੱਕੋਗੇ ਆਉਣ ਵਾਲੇ ਗਾਣਿਆਂ ਚ ਕਿ ਨਹੀਂ ਨਾ 1% ਵੀ ਨਹੀਂ ਹੈ ਅੱਜ ਕੱਲ ਇਹ ਤਾਂ ਕਹਿੰਦੇ ਹਥਿਆਰ ਚੱਕਿਆ ਕਰ ਗਿਆ ਫੇਰ ਗਾਣੇ ਚੱਲਦੇ ਆ ਇੱਕ ਮੇਰਾ ਗਾਣਾ ਸੀ ਵੀ ਇਹ ਫੌਜੀਆ ਦਾ ਕੰਮ ਹੈ ਜੇ ਤੁਸੀਂ ਲੜਨਾ ਹੀ ਚਾਹਦੇ ਹੋ ਜੇ ਤੁਸੀਂ ਹਥਿਆਰਾਂ ਦੀ ਗੱਲ ਕਰਨੀ ਆ ਹਥਿਆਰ ਚੱਕਣੇ ਨੇ ਨਾ ਫਿਰ ਬਾਰਡਰ ਤੇ ਜਾ ਕੇ ਲੜੋ ਨਾ ਦੇਸ਼ ਦੀ ਸੇਵਾ ਕਰੋ ਨਾ ਨਹੀਂ ਅੱਜ ਕੱਲ ਕਿਸੇ ਦਾ ਭਲਾ ਕਰੋ ਅੱਜ ਕੱਲ ਵਾਲੇ ਕਹਿ ਦਿੰਦੇ ਨੇ ਕਹਿੰਦੇ ਸਾਡੇ ਗਾਣਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਨੌਜਵਾਨਾਂ ਤੇ ਅਸਰ ਨਹੀਂ ਪੈਂਦਾਗਾ ਵੀ ਫਰ ਤੁਹਾਡੇ ਤੁਹਾਡੇ ਗਾਣਿਆਂ ਦਾ ਮੈਂ ਆਪਣੇ ਮਹਿਸੂਸ ਕਰਦਾ ਕਿਉਂਕਿ ਅਸੀਂ ਉਹ ਨਿੱਕੇ ਨਿੱਕੇ ਕਹਿਣਾ ਕਹਿਣਾ ਨਹੀਂ ਚਾਹੀਦਾ ਮੈਨੂੰ ਐ ਲੱਗਦਾ ਹੈ ਕਿ ਗਾਣੇ ਸਾਡੀ ਅਸਲ ਜ਼ਿੰਦਗੀ ਨਾਲ ਜੁੜੇ ਹੁੰਦੇ ਨੇ ਸਾਡੀਆਂ ਗੱਲਾਂ ਚੋਂ ਗੀਤ ਨਿਕਲਦੇ ਨੇ ਹੂੰ ਫਿਰ ਉਹ ਗੀਤ ਜਿਹੜੇ ਬਹੁਤ ਅੱਛੇ ਹੁੰਦੇ ਨੇ ਉਹ ਲੋਕ ਗੀਤ ਬਣ ਜਾਂਦੇ ਨੇ ਜੀ ਪਰ ਜਿਹੜੇ ਇਦਾਂ ਦੇ ਗਾਣੇ ਨੇ ਸਾਡੀ ਜਨਰੇਸ਼ਨ ਤੇ ਜਿਹੜੀਆਂ ਹੁਣ ਨਵੀਆਂ ਜਨਰੇਸ਼ਨਸ ਨੇ ਉਹਨਾਂ ਤੇ ਅਸਰ ਪਾਉਂਦੇ ਨੇ ਹੂੰ ਜਿਵੇਂ ਇੱਕ ਵਾਰ ਕੋਈ ਬਾਹਰੋਂ ਬੰਦਾ ਆਇਆ ਉੱਥੇ ਗਾਣੇ ਹਥਿਆਰਾਂ ਦੇ ਚੱਲਣ ਕਹਿੰਦੇ ਉਹ ਮੇਰਾ ਦੋਸਤ ਉਹਦੇ ਬੱਚੇ ਨਾਲ ਕਹਿੰਦੇ ਅੰਕਲ ਇਹ ਜਿਹੜੇ ਕਹਿੰਦੇ ਉਹਨੇ ਸਾਡਾ ਕਲਚਰ ਆ ਸਾਡੀ ਪੰਜਾਬੀ ਮਾਂ ਬੋਲੀ ਵਾਲੇ ਗੀਤ ਇਹ ਨੇ ਉਹ ਮੈਨੂੰ ਨਹੀਂ ਪਤਾ ਇਹ ਨਹੀਂ ਹੈਗੇ ਉਹ ਕਹਿੰਦਾ ਫਿਰ ਉਹ ਕਿਹੜੇ ਨੇ ਇਸ ਤਰ੍ਹਾਂ ਕਹਿੰਦੇ ਇਹ ਹੀ ਸੁਣਦੇ ਆ ਫਿਰ ਅਸੀਂ ਉਹਨਾਂ ਨੂੰ ਸਾਰੇ ਪੁਰਾਣੇ ਗਾਣੇ ਸੁਣਾਏ ਵੀ ਆ ਸਾਡੇ ਕਲਚਰ ਦੇ ਗੀਤ ਨੇ ਜਿੰਨੇ ਸਾਡੇ ਕਲਚਰ ਦੀਆਂ ਸਾਡੇ ਆਪਸ ਭਾਈਚਾਰੇ ਦੀਆਂ ਸਾਡੇ ਆਪਸੀ ਸਾਡੇ ਘਰਾਂ ਦੀਆਂ ਸਾਡੀਆਂ ਦੋਸਤੀਆਂ ਦੀਆਂ ਯਾਰੀਆਂ ਦੀਆਂ ਮਾਮਾ ਪੈਣਾ ਦੀਆਂ ਸਾਡੇ ਰਿਸ਼ਤਿਆਂ ਦੀਆਂ ਹਸਬੰਡ ਵਾਈਫ ਦੀਆਂ ਲੋਕਚੋਕ ਦੀਆਂ ਗੱਲਾਂ ਜਿੰਨੇ ਚੇ ਰਿਸ਼ਤੇ ਹੁੰਦੇ ਨੇ ਇਹ ਸਾਡਾ ਕਲਚਰ ਹੈ ਸਾਡੀ ਪੰਜਾਬੀ ਮਾਂ ਬੋਲੀ ਦੇ ਅਸਲ ਗਾਣੇ ਨੇ ਇਹ ਗਾਣਾ ਵੀ ਤੁਹਾਡਾ ਲੋਕਗੀਤ ਵਰਗਾ ਹੀ ਲੱਗਦਾ ਜਿਹੜਾ ਨਸੀਬੋ ਦੀ ਆਪਾਂ ਗੱਲ ਕਰਦੇ ਪਹਿਲਾਂ ਗਾਣੇ ਸਾਰੇ ਆਏ ਇਹ ਇਸ ਤਰ੍ਹਾਂ ਲੱਗਦਾ ਸੀ ਇਹ ਰ ਇਹ ਤਾਂ ਪਤਾ ਨਹੀਂ ਕਦੋਂ ਦਾ ਲਿਖਿਆ ਹੋਇਆ ਗਾਣਾ ਤੁਸੀਂ ਸੋਚ ਕੇ ਦੇਖੋ 97 ਚ ਆਇਆ ਤੇ ਅੱਜ ਵੀ ਜਦੋਂ ਮੈਂ ਕਿਤੇ ਬਾਹਰ ਇੱਥੇ ਇੰਡੀਆ 'ਚ ਵੀ ਜਦੋਂ ਕਿਤੇ ਸਟੇਜ ਤੇ ਜਾਂਨਾ ਤੇ ਬਾਹਰੋਂ ਜਿਹੜੇ ਲੋਕ ਆਏ ਹੁੰਦੇ ਨੇ ਸਪੈਸ਼ਲ ਕਹਿਣਗੇ ਬਾਈ ਜੀ ਨਸੀਬੋ ਸੁਣਾ ਦਿਓ ਹਮ ਵਿਆਹ ਵਾਲੀ ਚੱਲਦੀ ਸਟੇਜ ਦੇ ਵਿੱਚ ਨਸੀਬੋ ਸੁਣਿਆ ਜਾਂਦਾ ਗੀਤ ਜੀ ਮੈਡਮ ਬਲਵੀ ਪਰਦੇ ਆ ਤੁਸੀਂ ਬਹੁਤ ਸਾਰੇ ਪੰਜਾਬੀ ਕਈ ਕਾਂ ਦੇ ਨਾਲ ਕੰਮ ਕਰ ਚੁੱਕਾ ਐ ਐਜ਼ ਅ ਮਾਡਲ ਹਾਂਜੀ ਹੁਣ ਬਾਜੀ ਨਾਲ ਆ ਰਹੇ ਹਾਂ ਕਿਵੇਂ ਮਹਿਸੂਸ ਕਰਦੇ ਹੋ ਕਿਸ ਤਰ੍ਹਾਂ ਦਾ ਗਾਣਾ ਬਣਿਆ ਤੁਹਾਡਾ ਗਾਣਾ ਬਹੁਤ ਹੀ ਵਧੀਆ ਬਣਿਆ ਤੇ ਆ ਚੁੱਕਿਆ ਆਪਣਾ ਗਾਣਾ ਜੋ ਕਿ ਇਹਨਾਂ ਦੇ ਨਵੇਂ ਚੈਨਲ ਤੋਂ ਰਿਲੀਜ਼ ਹੋਇਆ ਨਹੀਂ 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 ਮੈਂ ਸਿਰਫ ਐਜ਼ ਅ ਐਕਟ ਗਾਣ ਦੀ ਨਹੀਂ ਜਤਕਾਰ ਹੀ ਲੈਂਦੇ ਹੋਗੇ ਮੇਰੇ ਵੰਗੂ ਪਰ ਕੇ ਸੁਣਾਉਣ ਦਾ ਕੰਮ ਨਹੀਂ ਜਿਵੇਂ ਦੇਖੋ ਗਾਣਾ ਡਿਊਟ Song ਹੈ ਆਪਣਾ ਜੀ ਤੇ ਆਬਵੀਅਸਲੀ ਉਹ ਗਾਣਾ ਮੈਨੂੰ ਪਹਿਲਾਂ ਭੇਜ ਦਿੱਤਾ ਗਿਆ ਸੀ ਜਿਵੇਂ ਉਹਨੂੰ ਮੈਂ ਲਰਨ ਕਰਕੇ ਦੈਨ ਉਹਦੇ ਚ ਅਪਾ ਸਿੰਕ ਪੇਸਟ Song ਸੀ ਤੇ ਹਾਂ ਮੈਚ ਹੋ ਗਏ ਸੀਗੇ ਅਕਸਰੇ ਪ੍ਰੋਬਲਮ ਆ ਜਾਂਦੀ ਹੈ ਥੋੜਾ ਬਹੁਤ ਥੋੜਾ ਬਹੁਤ ਦਿੱਕਤ ਆ ਜਾਂਦੀ ਹੈ ਬਟ ਉਹ ਇਨਾਂ ਨੇ ਬਹੁਤ ਹੈਲਪ ਕੀਤਾ ਸੈੱਟ ਤੇ ਯਾਦ ਕਰਵਾਇਆ ਸੋਹਣੀਆਂ ਕੁੜੀਆਂ ਖੜ ਕੇ ਚਾਰ ਨਖਰੇ ਕਰ ਦੇਣ ਨਾ ਉਹ ਤਾਂ ਵੀ ਸਭ ਚੀਜ਼ਾਂ ਲੁਕ ਜਾਂਦੀਆਂ ਆ ਚ ਲੋਕ ਸੋਹਣੀਆਂ ਕੁੜੀਆਂ ਦੇਖਣਾ ਚਾਹੁੰਦੇ ਗਾਣਾ ਨਹੀਂ ਸੁਣਨਾ ਚਾਹੁੰਦੇ ਸੋਹਣੀ ਇਹ ਸੋਹਣੀ ਨਹੀਂ ਨਹੀਂ ਜਿਹੜੀ ਉਹ ਲਿਪਸਿੰਗ ਦੀ ਗੱਲ ਕਰਦੇ ਆ ਇਹ ਸੋਹਣੀ ਨਹੀਂ ਉਹ ਕਈ ਜਗ੍ਹਾ ਤੋਂ ਲਿਪਸਿੰਗ ਆਊਟ ਵੀ ਹੋਈ ਆ ਤੇ ਬਾਵਜੂਦ ਵੀ ਪਤਾ ਨਹੀਂ ਲੱਗਦਾ ਅੱਜ ਤੁਸੀਂ ਇਸ ਫੀਲਡ 'ਚ ਆਇਓ ਕੁੜੀਆਂ ਲਈ ਬੜਾ ਮੁਸ਼ਕਿਲ ਆ ਅੱਜ ਕੱਲ ਗਾਣੇ ਵਾਲਿਆਂ ਨੂੰ ਤਾਂ ਵੈਸੇ ਬਿਲਕੁਲ ਬੱਚਿਆਂ ਨੂੰ ਕਹਿੰਦੇ ਗਾਉਣ ਵਾਲਾ ਕੰਮ ਨਹੀਂ ਕਰਨਾ ਹੋਰ ਕਰ ਲੈ ਜਿਵੇਂ ਤੁਹਾਡੇ ਵਾਲੇ ਸਮੇਂ ਚ ਹੁੰਦਾ ਸੀ ਵੀ ਗਾਉਣ ਵਾਲਾ ਕੰਮ ਤਾਂ ਕਹਿੰਦੇ ਸੀ ਇਹ ਤਾਂ ਯਾਰ ਕੰਜਰਾਂ ਵਾਲਾ ਕੰਮ ਆ ਇਹ ਨਹੀਂ ਕਰ ਅੱਜ ਉਹ ਗੱਲ ਵਾਪਰ ਰਹੀ ਆ ਕਿ ਉਹ ਹਰੇਕ ਕੋਈ ਨਾ ਕੋਈ ਗੈਂਗਸਟਰ ਧੰਕੀ ਦੇ ਤਾ ਕੁੜੀਆਂ ਲਈ ਤਾਂ ਬਹੁਤ ਮੁਸ਼ਕਲ ਹੈ ਤੁਹਾਨੂੰ ਕੋਈ ਮੁਸ਼ਕਲਤ ਆਈ ਹੋਵੇ ਨਹੀਂ ਮੈਨੂੰ 3 ਸਾਲ ਹੋ ਗਏ ਇਸ ਇੰਡਸਟਰੀ 'ਚ ਟੱਚ ਵੂਡ ਹਾਲੇ ਤੱਕ ਕੋਈ ਮੈਨੂੰ ਦਿੱਕਤ ਐ ਹੋਜੀ ਨਹੀਂ ਆਈ ਮੇਰਾ ਮੰਨਣਾ ਇਹ ਹੈ ਕਿ ਜਦ ਤੱਕ ਤੁਸੀਂ ਆਪ ਨਹੀਂ ਨਾ ਕਿਸੇ ਨੂੰ ਪੈਲ ਕਰਦੇ ਤੇ ਦੂਜੇ ਬੰਦਾ ਕੋਈ ਤੁਹਾਡੇ ਅੱਗੇ ਬੋਲ ਨਹੀਂ ਸਕਦਾ ਮਾਪਿਆਂ ਮਾਪਿਆਂ ਦਾ ਨਾਲ ਖੜਨਾ ਜ਼ਰੂਰੀ ਹੁੰਦਾ ਬਿਲਕੁਲ ਜ਼ਰੂਰੀ ਹੈ ਫਿਰ ਸਮਾਜ ਖੜ ਜਾਂਦਾ ਹਾਂ ਉਹੀ ਗੱਲ ਹੈ ਮੇਰੇ ਪੇਰੈਂਟਸ ਨੇ ਬਹੁਤ ਸਪੋਰਟ ਕੀਤੀ ਹੈ ਸ਼ੁਰੂ ਤੋਂ ਹੀ ਇਵਨ ਮੇਰੇ ਨਾਨਕੇ ਦਾਦਕੇ ਸਭ ਇਵਨ ਮੇਰੀ ਨਾਨੀ ਮम्मा ਸ਼ੀ ਵਾਸ ਲਾਈਕ ਕਿ ਐਦਾ ਯਾਸ਼ਿਕਾ ਤੇਰਾ ਨਵਾਂ ਗਾਣਾ ਹੈ ਮੈਂ ਸਟੇਟਸ ਪਾਣਾ ਮੈਨੂੰ YouTube ਤੇ ਪੇਜ ਐਦਾ ਪੇਜ ਹੈ ਨਾ ਮਤਲਬ ਫੈਮਲੀ ਦੀ ਸਪੋਰਟ ਹੋਣੀ ਜ਼ਰੂਰੀ ਹੈ ਤੁਹਾਡੇ ਵਾਲਾ ਸਮਾਂ ਤਾਂ ਪਾਜੀ ਰੀਲਾਂ ਵਾਲਾ ਸੀਗਾ ਹੀ ਅੱਜ ਵਾਲਾ ਸਮਾਂ ਵੀ ਰੀਲ ਦਾ ਹੀ ਆ ਫਿਰ ਰੀਲਾਂ ਆ ਗਈਆਂ ਰੀਲ ਤੇ ਫੇਰ ਆ ਗਈ ਜਿਵੇਂ ਕਦੇ ਬੈਲ ਬਾਟਮ ਪਹਿਲਾਂ ਵੀ ਚੱਲਦੀ ਸੀ ਹੁਣ ਫਿਰ ਦੁਬਾਰਾ ਵਿੱਚ ਆਈਆਂ ਤੇ ਕਾਲੇ ਕੱਪੜੇ ਤੁਹਾਡਾ ਸ਼ੌਂਕ ਹੈ ਮੈਨੂੰ ਮੈਂ ਤਾਂ ਅਕਸਰ ਹੀ ਪਾਉਣਾ ਵੈਸੇ ਮੈਨੂੰ ਜਦੋਂ ਮੈਂ ਜਦੋਂ ਕਿਤੇ ਮਾਰਕੀਟ ਕਦੇ ਵੀ ਅਸੀਂ ਸ਼ਾਪਿੰਗ ਕਰਦੇ ਆ ਨਾ ਪਤਾ ਨਹੀਂ ਕਿਉਂ ਕੱਪੜੇ ਬਹੁਤ ਸਾਰੇ ਹੁੰਦੇ ਨੇ ਲੇਕਿਨ ਮੈਨੂੰ ਕਾਲੀ ਪਸੰਦ ਹੁੰਦੇ ਨੇ ਹਮ ਜਦਕਿ ਮੈਨੂੰ ਮੇਰਾ ਫੇਵਰਿਟ ਕਲਰ ਜਿਹੜਾ yellow ਸੀਗਾ ਮੈਂ ਸ਼ੁਰੂ ਤੋਂ yellow ਕਲਰ ਬਹੁਤ ਪਾਇਆ ਪਰ ਹੁਣ ਪਤਾ ਨਹੀਂ ਕਿਉਂ ਜਦੋਂ ਕੱਪੜਾ ਚੱਕਦਾ ਪਹਿਲਾਂ black ਮੇਰੇ ਹੱਥ ਆਉਂਦਾ ਹੁਣ ਪਰਸੋ ਵੀ ਥੋੜੀ ਸ਼ਾਪਿੰਗ ਕੀਤੀ ਨੰਨੇ ਕੁਝ ਵੀਡੀਓ ਕਰਨੀ ਸੀ ਤੇ ਜਦੋਂ ਅਸੀਂ ਆ ਕੇ ਸ਼ਾਪਿੰਗ ਕਰਕੇ ਸਾਰੇ ਚੈੱਕ ਕੀਤੇ ਉਹ ਚ 6 ਜੈਕਟ ਸੀ ਸਾਰੀਆਂ ਬਲੈਕ ਸੀਗੀਆਂ ਜੀ ਇਹ ਬਾਈ ਚਾਂਸ ਸੀਗਾ ਮਤਲਬ ਬਲੈਕ ਵੈਸੇ ਹੀ ਆ ਜਾਂਦਾ ਜ਼ਿੰਦਗੀ ਚ ਹਾਂ ਉੱਤੋਂ ਉੱਤੋਂ ਕਰ ਲਵਾਂ ਉਹਦਾ ਵੀ ਰੋਸ ਦਿਲ ਦਾ ਦਿਲ ਦਾ ਬਹੁਤ ਸਾਫ ਰੋਸ ਜ਼ਾਹਰ ਕਰਨ ਲਈ ਵੀ ਬੇ ਕਾਲੇ ਪਾਲੀਏ ਕੀ ਬਰਾ ਪੰਜਾਬ ਖੜ ਜੇ ਨਾਲ ਹੈ ਐਕਚੁਅਲੀ ਪੰਜਾਬ ਤਾਂ ਆਲਰੇਡੀ ਅਗਲਾ ਕੀ ਲੱਗਦਾ ਵੀ ਨਿੱਕੂ ਦਾ ਫਕੀਰ ਜਾ ਹੋ ਗਿਆ ਬਈ ਕਾਲੇ ਪੌਣ ਲੱਗ ਗਿਆ ਇਹਦੇ ਨਾਲ ਖੜਨਾ ਪੈਣਾ ਕਾਲੇ ਕੱਪੜੇ ਤਾਂ ਮੈਨੂੰ ਇੱਕ ਵਾਰ ਪਤਾ ਲੱਗਿਆ ਸੀ ਕਹਿੰਦੇ ਦੇਵਨੰਦ ਉਹਨਾਂ ਨੂੰ ਸ਼ਾਇਦ ਬੈਮ ਸੀਗੇ ਇਹ ਜਦੋਂ ਕਾਲਾ ਕੱਪੜਾ ਪਾਵੇ ਕੋਈ ਸੋਹਣਾ ਸੁਨੱਖਾ ਬੰਦਾ ਨਹੀਂ ਕਹਿੰਦੇ ਜੇ ਸੋਹਣਾ ਬੰਦਾ ਕਾਲੇ ਕੱਪੜੇ ਪਾ ਲਵੇ ਹੋਰ ਸੋਹਣਾ ਲੱਗਣ ਲੱਗ ਜਾਂਦਾ ਵਾ ਇਸੇ ਕਰਕੇ ਤੁਸੀਂ ਪਾਉਣੇ ਸ਼ਾਇਦ ਕਿਸੇ ਕਿਸੇ ਗਾਣੇ ਦੀਆਂ ਕਿਸੇ ਗਾਣੇ ਦੀਆਂ ਲਾਈਨਾਂ ਕੋਈ ਸਸਾਈ ਅੰਤਰਾ ਕਿਸੇ ਵੀ ਗਾਣੇ ਪੁਰਾਣੇ ਚੋਂ ਨਮਾਣੇ ਚੋਂ ਪੁਰਾਣੇ ਚੋਂ ਹਾਂ ਕੋਈ ਮਹਿਫਿਲ ਨਹੀਂ تنہائی ਨਹੀਂ ਜਦ ਹੁੰਦੀ ਤੇਰੀ ਗੱਲ ਨਹੀਂ ਕੋਈ ਸਾਲ ਨਹੀਂ ਮਹੀਨਾ ਨਹੀਂ ਕੋਈ ਦਿਨ ਨਹੀਂ ਕੋਈ ਪਲ ਨਹੀਂ ਮੈਂ ਉੱਠਦਾ ਬੈਂਦਾ ਜਦੋਂ ਤੇਰੇ ਖਿਆਲੀ ਨਾ ਖੁਆ ਆਹ ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ ਕੀ ਬਾਰੇ ਨਿੱਕੂ ਭਾਜੀ ਅੱਜ ਵੀ ਉੱਡੇ ਹੀ ਲੱਗਦੇ ਤੁਸੀਂ ਮਤਲਬ ਨਿੱਕੂ ਨਿੱਕੂ ਹੀ ਲੱਗਦਾ ਨਿੱਕੂ ਐਕਚੁਅਲੀ ਐਕਚੁਅਲੀ ਜਦੋਂ ਰਜਿੰਦਰ ਪਾਜੀ ਨੇ ਸ਼ੈਟਾ ਤੁਸੀਂ ਅੱਜ ਵੀ ਜਦੋਂ ਨਾਮ ਰੱਖਿਆ ਮੇਰਾ ਨਿੱਕੂ ਨਾ ਮੈਂ ਕਿਹਾ ਭਾਜੀ ਆਹ ਕਿ ਮੇਰਾ ਭਦਰ ਵਾਲਾ ਨਾਮ ਰੱਖਤਾ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਇੱਕ ਗੱਲ ਯਾਦ ਰੱਖੀ ਇਹ ਤੈਨੂੰ ਵੱਡੇ ਹੋਣ ਤੱਕ ਵੀ ਇਹਨੇ ਵੱਡਾ ਨਹੀਂ ਹੋਣ ਦੇਣਾ ਮੈਨੂੰ ਜੀ ਮਤਲਬ ਕਹਿੰਦੇ ਜਦੋਂ ਤੂੰ ਬੁੱਢਾ ਹੋ ਗਿਆ ਜਦੋਂ ਵੀ ਲੋਕੀ ਕਰਨ ਨਿੱਕੂ ਬਾਬਾ ਉਹ ਮੈਨੂੰ ਲੱਗਦਾ ਉਹ ਨਾਮ ਨੇ ਅਸਰ ਪਾ ਕੇ ਰੱਖਿਆ ਮੈਨੂੰ ਵੱਡਾ ਹੋਣੀ ਨਹੀਂ ਦੇ ਰਿਆ ਨਾਮਸ਼ਾ ਅੱਛਾ ਉਹ ਸਮਾ ਤੁਹਾਡਾ ਤੇ ਰਵਿੰਦਰ ਗਰੇਵਾਲ ਬਾਈ ਹੋਣਾ ਦਾ ਕੱਟਣਾ ਸੀਗਾ ਜੀ ਪੱਗ ਜਦੋਂ ਪੰਜਾਬ ਦੇ ਵਿੱਚ ਤੁਹਾਡੇ ਵਰਗੀ ਚਿੰਕੇ ਬਣਨ ਲੱਗੇ ਸੀ ਉਦੋਂ ਬਾਈ ਰਵਿੰਦਰ ਵੀ ਗਾਉਂਦੇ ਸੀ ਤੁਸੀਂ ਵੀ ਗਾਉਂਦੇ ਆਪਸਟ ਕਦੇ ਹੋਇਆ ਵੀ ਗਾਣਾ ਪਹਿਲਾਂ ਮੈਂ ਕੱਢਣਾ ਰਵਿੰਦਰ ਦਾ ਬਾਅਦ ਚ ਆਊਗਾ ਯਾਰ ਰਵਿੰਦਰ ਕਹਿੰਦੇ ਉਹ ਮੈਂ ਕਰਨਾ ਜੋ ਤਾਂ ਸਲਾਹਾਂ ਕਰ ਕਰਕੇ ਗਾਣੇ ਕਰਦੇ ਹੁੰਦੇ ਸੀ ਸਾਡੀ ਅੱਜ ਨਹੀਂ ਤਾਂ ਹਰੇਕ ਰੋਲਾ ਹੀ ਪੈ ਜਾਂਦਾ ਕਿਸ ਕੰਪਨੀਆ ਨਾਲ ਰੋਲਾ ਪੈ ਜਾਂਦਾ ਸਿੰਗਰਾਂ ਦਾ ਆਪਸ ਵਿੱਚ ਪੈ ਜਾਂਦਾ ਸਾਡਾ ਟੋਲਾ ਹੁੰਦਾ ਸੀ ਰਵਿੰਦਰ ਹੁੰਦਾ ਸੀ ਸੁਖਵਿੰਦਰ ਸੁਖੀ ਹੋਰੀ ਹੁੰਦੇ ਸੀ ਅੰਗਰੇਜ਼ ਅਲੀ ਮਨਜੀਤ ਰੂਪਵਾਲੀਆ ਅਸੀਂ ਪੰਜ ਸੱਤ ਜਾਣੇ ਫਿਰ ਕੁ ਸਿਨੀਅਰ ਹੁੰਦੇ ਸੀ ਜਿਵੇਂ ਸੰਦੀਲਾ ਪੱਜੋਣੀ ਅਸੀਂ ਹਰ ਵੀਕਐਂਡ ਤੇ ਡਿਨਰ ਕਰਦੇ ਸੀ ਇਕੱਠੇ ਅੱਜ ਬਲਮੈਨ ਦੇ ਰਿਹਾ ਅਗਲੀ ਵਾਰ ਰਵਿੰਦਰ ਦੇ ਰਿਹਾ ਤੀਜੀ ਵਾਰ ਸੁਖੀ ਦੇ ਉੱਤੇ ਦੇ ਰਿਹਾ ਕਦੇ ਕੋਈ ਦੇ ਰਿਹਾ ਸੋ ਇੱਕੋ ਭਾਈਚਾਰਾ ਸੀ ਜਿੱਥੇ ਅਸੀਂ ਆਪਸੀ ਸਾਹ ਨਾਲ ਰੋਜ਼ ਬੈਠਣਾ ਰੋਜ਼ ਗੱਲਾਂ ਕਰਨੀਆਂ ਆ ਤੇ ਗੀਤ ਵੀ ਵੰਡ-ਵੰਡ ਕੇ ਗਾਉਣੇ ਚੱਲ ਤੂੰ ਆ ਗੱਲ ਕਦੇ ਰਵਿੰਦਰ ਦੀ ਗੀਤਾਂ ਦੀ ਮੈਂ ਕਿਸੇ ਦੀ ਤਰਜ ਬਣਾਤੀ ਕਦੇ ਉਹਨੇ ਮੈਨੂੰ ਗੀਤ ਬਣਾਉਣੇ ਦਿੱਤਾ ਕਦੇ ਬੈਠ ਕੇ ਇਹ ਸਲਾਹ ਕੀਤੀ ਵੀ ਆਪਾਂ ਵੀ ਕੋਈ ਕੰਟਰੋਵਰਸੀ ਕਰਦੇ ਆ ਲੋਕ ਸੋਣਿਆ ਕਰਨਗੇ ਲੋਕ ਤਾਂ ਵੈਸੇ ਹੀ ਸੁਣਦੇ ਕਦੇ ਐਕਚੁਅਲੀ ਸੋਸ਼ਲ ਮੀਡੀਆ ਦਾ ਜਿਹੜਾ ਜ਼ਮਾਨਾ ਹੁਣ ਜਿਹੜਾ ਸਿਸਟਮ ਚੱਲਦਾ ਇਹ ਹੁਣ ਹੋਈਆਂ ਚੀਜ਼ਾਂ ਚੱਲਦੀਆਂ ਪਹਿਲਾਂ ਵੀ ਸੀਗੀਆਂ ਸਾਡਾ ਵੀ ਇੱਕ ਗਾਣਾ ਚੱਲਿਆ ਸੀ ਜਦੋਂ ਤੇਰੇ ਪਿੱਛੇ ਜਾਣ ਜਾਣ ਦਾ ਖਤਰਾ ਉਹ ਕਾਫੀ ਕੰਟਰੋਵਰਸ਼ਲ ਰਿਹਾ ਸੀ ਲੇਕਿਨ ਜਦੋਂ ਆ ਸੋਸ਼ਲ ਮੀਡੀਆ ਵਾਲੀ ਅੱਗ ਨਹੀਂ ਹੁੰਦੀ ਸੀ ਵੀ ਰਾਤੋ-ਰਾਤ ਅੱਜ ਕੱਲ ਤਾਂ ਬੈਠ ਕੇ ਮੀਟਿੰਗ ਹੁੰਦੀ ਆ ਵੀ ਆਪਾਂ ਯਾਰ ਐ ਕਹਿਣਾ ਤੈਨੂੰ ਤੇ ਤੂੰ ਮੈਨੂੰ ਐ ਕਹਿਣਾ ਹਾਂ ਤੇ ਤੂੰ ਮੇਰਾ ਆਪਣਾ ਖਾਣਾ ਚੱਲਣਾ ਤੂੰ ਮੇਰਾ ਗੀਤ ਲੀਕ ਕਰਨਾ ਮੈਂ ਤੇਰੇ ਬਾਰੇ ਐ ਬੋਲੂ ਫਿਰ ਤੈਨੂੰ ਗਾਲਾਂ ਕੱਢੂ ਅੱਜ ਕੱਲ ਤਾਂ ਸਿਸਟਮ ਹੋ ਗਏ ਹਾਂ ਸਵਾਦ ਆਉਂਦਾ ਲੋਕਾਂ ਨੂੰ ਗਾਣਾ ਸੁਣ ਕੇ ਆ ਮੇਰੀ ਹੁਣ ਕਈ ਵਾਰ ਹੋਈਆਂ ਕੰਟਰੋਵਰਸੀਆਂ ਜੀਆਂ ਮੈਨੂੰ ਸਾਲ ਆਜਾਉਣ ਲੱਗੀਆਂ ਸੀ ਕਿ ਵੈਸੇ ਹੀ ਹੁੰਦੀਆਂ ਸੀ ਬੋਏ ਕਰ ਬਿੰਦ ਆਪ ਸਵਾਦ ਆਉਣ ਲੱਗਾ ਕਈ ਵਾਰ ਲੱਗਦਾ ਯਾਰ ਕਰ ਲੈਣੇ ਨਹੀਂ ਚੱਲ ਕਰਦਾ ਤੁਹਾਡਾ ਵੀ ਕਰੀਏ ਆਪਾਂ ਵੀ ਮੈਨੂੰ ਐ ਲੱਗਦਾ ਜੇ ਸਾਡਾ ਕੰਟੈਂਟ ਅੱਛਾ ਸਾਡਾ ਪਰ ਕਈ ਵਾਰ ਇਹ ਲੱਗਦਾ ਹੈ ਕਿ ਸਾਡੇ ਲੋਗਾਂ ਨੇ ਆਦਤ ਪੈ ਗਈ ਜਿਹੜੀਆਂ ਖਬਰਾਂ ਚੱਲਦੀਆਂ ਅੱਜਕੱਲ ਉਹ ਵੀ ਜੇ ਉਹਨਾਂ 'ਚ ਤੜਕਾ ਪਰਕਾ ਮਸਾਲਾ ਹੋਊਗਾ ਫਿਰ ਖਬਰਾਂ ਸੁਣਦੇ ਨੇ ਹੂੰ ਹਾਠਾ ਹੁੰਦੀ ਆ ਹਾਠਾ ਹੁੰਦੀ ਆ ਤੇ ਐ ਹੋ ਗਿਆ ਤੇ ਇਹ ਹੋ ਗਿਆ ਉਹ ਉਸਨੇ ਇੱਥੇ ਅਸੀਂ ਮਸਾਲਾ ਲਾ ਕੇ ਚੀਜ਼ਾਂ ਸੁਣਨ ਦੇ ਆਦੀ ਹੋ ਗਏ ਹੂੰ ਇਹ ਟਰੈਸ਼ ਦੀ ਇੱਕ ਤਰ੍ਹਾਂ ਦੀ ਮੈਨੂੰ ਲੱਗਦਾ ਇਹਦੇ ਨਾਲ ਸਾਡਾ ਅ ਕੱਲੇ ਪੰਜਾਬ ਦਾ ਨਹੀਂ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਭੈਣ ਭਰਾ ਨੇ ਸਾਰੇ ਸੁਣਦੇ ਹੋਣਗੇ ਇਹ ਹਰ ਜਗ੍ਹਾ ਦਾ ਮਾਹੌਲ ਖਰਾਬ ਹੋ ਰਿਹਾ ਇਹਦੇ ਨਾਲ ਜੀ ਸੋਸ ਤੁਹਾਡਾ ਗਾਣੇ ਬੜੇ ਫੀਲ ਵਾਲੇ ਗਾਣੇ ਹੁੰਦੇ ਸੀ ਤੁਸੀਂ ਨਾਲ ਬੈਠੋ ਨਾਲ ਆਪਾਂ ਗੱਲ ਇਕੱਠੇ ਕਰਦੇ ਰਾਂਗੇ ਫੀਲ ਜਦੋਂ ਤੁਸੀਂ ਫੀਲ ਲੈ ਕੇ ਗਾਉਂਦੇ ਸੀ ਤੇ ਧੌਣ ਮਹਿਸੂਸ ਕਰਕੇ ਗਾਉਂਦੇ ਸੀ ਧੌਣ ਆਪਣੇ ਆਪ ਹਿੱਲਦੀ ਸੀ ਫਿਰ ਇੱਕ ਸਮਾਂ ਆ ਗਿਆ ਕਿ ਨਿੱਕੂ ਦੀ ਧੌਣ ਹਿਲਣੋਂ हट ਗਈ ਜ਼ਿੰਦਗੀ ਹਿੱਲ ਗਈ ਹਾਂ ਉਹ ਕੀ ਸਮਾਂ ਸੀ ਧੌਣ ਹਿਲਣੋਂ ਨਹੀਂ ਹਟੀ ਧੌਣ ਤਾਂ ਹੁਣ ਵੀ ਉਦਾਂ ਹਿਲਦੀ ਹੈ ਬਾਬੇ ਦੀ ਕਿਰਪਾ ਨਾਲ ਚੱਲੀ ਜਾਂਦਾ ਕੰਮ ਨਹੀਂ ਤੁਸੀਂ ਇੱਕ ਵਾਰੀ ਇਹ ਕਹਿੰਦਾ ਸੀ ਵੀ ਮੇਰਾ ਕੰਮ ਹੀ ਖੜ ਗਿਆ ਉਹ ਸਿਸਟਮ ਹਿਲ ਗਿਆ ਸੀ ਉਹਦਾ ਚੱਕਰ ਕੀ ਸੀ ਮੈਂ ਕਈ ਇੰਟਰਵਿਊਜ਼ ਪਹਿਲਾਂ ਵੀ ਦੱਸਿਆ ਕਿ ਮੈਨੂੰ ਨਾ ਸੀ ਸਿਰੀਅਸਲੀ ਜਿਵੇਂ ਆਪਰ ਤੁਸੀਂ ਗੱਲ ਕੀਤੀ ਕੁੜੀ ਦੀ ਕਿ ਫੈਮਲੀ ਤੋਂ ਜਿਹੜੀ سپورਟ ਹੈ ਸਭ ਤੋਂ ਜ਼ਰੂਰੀ ਹੈ ਜੀ ਮੇਰੀ ਜੁਆਇੰਟ ਫੈਮਲੀ ਸੀ ਬਾਈ ਮੈਂਬਰ ਅਸੀਂ ਘਰ ਦੇ ਵਿੱਚ ਹੁਣ ਵੀ ਉਦਾਂ ਹੀ ਚੱਲਦਾ ਸਾਡਾ ਸਿਸਟਮ ਚਾਚੇ ਸਾਰੇ ਇਕੱਠੇ ਤੇ ਸਾਡੀ ਇੱਕ ਚਾਚੇ ਦੀ ਬੇਟੀ ਦਾ ਵਿਆਹ ਕੀਤਾ ਸੀ ਉਹ ਵਿਆਹ ਤੋਂ ਬਾਅਦ ਚ ਉਹਦੀ ਜ਼ਿੰਦਗੀ ਬਹੁਤ ਹੂੰ ਮੈਂਟਲੀ ਹਰਾਸ਼ ਹੋ ਗਈ ਸੀ ਕੁੜੀ ਉਹ ਕਿਉਂਕਿ ਉਹ ਖੁੰਦ ਕੀ ਤਰੀਕੇ ਨਾਲ ਉਹਦਾ ਵਿਆਹ ਕਰਕੇ ਲੱਗ ਗਿਆ ਸੀ ਕਿਉਂਕਿ ਮੇਰੀ ਛੋਟੀ ਭੈਣ ਦੇ ਰਿਸ਼ਤੇ ਵਾਸਤੇ ਆਏ ਸੀ ਅਸੀਂ ਮਨ ਕਰਤਾ ਵੀ ਬਾਹਰ ਨਹੀਂ ਕੁੜੀ ਵੀ ਆਉਣੀ ਉਹ 6 ਮਹੀਨੇ ਹੁੰਦੇ ਰਹੇ ਚਲੋ ਚੱਲ ਲੈਂਡ ਤੇ ਜਾ ਕੇ ਉਹ ਕਹਿੰਦਾ ਵੀ ਮੈਂ ਵਿਆਹ ਤੇਰੇ ਘਰੀ ਕਰਨਾ ਵੀ ਜਿੱਦਾਂ ਮਰਜ਼ੀ ਕਰਕੇ ਮੈਂ ਕਈ ਵਾਰ ਗੱਲ ਦੱਸ ਚੁੱਕਿਆ ਪਹਿਲਾਂ ਇਹ ਆਡੀਅנס ਨੂੰ ਪਤਾ ਹੈ ਉਹ ਜਦੋਂ ਵਿਆਹ ਕੀਤਾ ਜਦੋਂ ਉਹਨੂੰ ਕੁੜੀ ਨੂੰ ਵਿਆਹ ਕੇ ਲੈ ਕੇ ਗਏ ਉਹਨੂੰ ਪਹਿਲੇ ਦਿਨ ਹੀ ਕਹਿੰਦੇ ਤੈਨੂੰ ਪਤਾ ਕਿਉਂ ਵਿਆਹ ਕੇ ਲੈ ਕੇ ਆਏ ਆ ਉਹ ਕਹਿੰਦੀ ਮਤਲਬ ਕਹਿੰਨ ਤੇਰੇ ਘਰ ਦੇ ਨੇ ਮੇਰੇ ਮੁੰਡੇ ਨੂੰ ਜਵਾਬ ਦਿੱਤਾ ਸੀ ਨਾ ਤੁਹਾਨੂੰ ਦੱਸਾਂਗੇ ਜਵਾਬ ਕਿਵੇਂ ਦੇਈਦਾ ਮੇਰੇ ਮੁੰਡੇ 'ਚ ਉਹ ਖੁੰਦ ਦੇ ਮਾਰੇ ਕੁੜੀ ਨੂੰ ਵਿਆਹ ਕੇ ਲੈ ਕੇ ਗਏ ਫਿਰ ਜਿਹੜਾ ਟਾਰਚਰ ਕੀਤਾ 2 ਸਾਲ ਉਹਨੂੰ ਮੈਨੂੰ ਜਿਸ ਦਿਨ ਪਤਾ ਲੱਗਿਆ ਮੈਨੂੰ 2 ਸਾਲ ਬਾਅਦ ਪਤਾ ਲੱਗੀ ਗੱਲ ਇਹ ਜਿਸ ਦਿਨ ਪਤਾ ਲੱਗੀ ਮੈਂ ਕੁੜੀ ਨੂੰ ਕਿਹਾ ਤੂੰ ਜਿੱਦਾਂ ਮਰਜ਼ੀ ਤੂੰ ਨਿਕਲ ਕੇ ਕੈਨੇਡਾ ਪਹੁੰਚ ਅਮਰੀਕਾ ਤੋਂ ਡਾਈਵੋਰਸ ਪੇਪਰ ਸਾਈਨ ਕਰਨ ਨੂੰ ਕਹਿੰਦਾ ਜੋ ਵੀ ਕਹਿੰਦਾ ਮੁੰਡਾ ਤੂੰ ਕਰਕੇ ਇੱਥੋਂ ਫਿਨਿਸ਼ ਕਰ ਬਾਅਦ ਦੇਖਾਂਗੇ ਉਹ ਜਦੋਂ ਉੱਥੇ ਪਹੁੰਚ ਗਈ ਉਹ ਤੋਂ ਬਾਅਦ ਮਾਨਾ ਤੇ ਇੱਥੇ ਕੇਸ ਦਰਜ ਕਰਾਇਆ ਜੀ ਜਿੰਨੇ ਮੇਰੇ ਸਰਕਲ ਦੇ ਲੋਕ ਸੀ ਜਿਹੜੇ ਵੱਡੇ ਆਫੀਸਰ ਸੀ ਸਾਰਿਆਂ ਦੀ سپورਟ ਲੈ ਕੇ ਲੇਕਿਨ ਐਂਡ ਤੇ ਜਾ ਕੇ ਉਹ ਖਾਰ ਜਿਸ ਲਈ ਹੋ ਗਿਆ ਕਿ ਲੀਗਲੀ ਉੱਥੇ ਉਹ ਡਾਈਵੋਰਸ ਉਹਨਾਂ ਦਾ ਹੋ ਚੁੱਕਿਆ ਸੀ ਜੀ ਲੇਕਿਨ ਅਸੀਂ ਇਸ ਲਈ ਕਰਵਾਇਆ ਸੀ ਡਾਈਵੋਰਸ ਕਿ ਤੂੰ ਇੱਥੋਂ ਨਿਕਲ ਜਾ ਕਿਉਂਕਿ ਉਹਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਮੁੰਡਾ ਹੂੰ ਉਹ ਜਦੋਂ ਮੈਂ ਇੱਥੇ ਉਹਦਾ ਜਿਹੜਾ ਕੇਸ ਲੜਨ ਲਈ ਭੱਜਿਆ ਫਿਰਦਾ ਸੀ ਮੈਂ ਆਪਣੀ ਲਾਈਨ ਨੂੰ ਭੁੱਲ ਕੇ 3 ਸਾਲ ਉਕੇ ਸੋ ਉਹਨਾਂ ਨੂੰ ਪੀਓ ਤੱਕ ਕਰਵਾ ਲਿਆ ਸੀਗਾ ਲੇਕਿਨ ਐਂਡ ਤੇ ਉਹਨਾਂ ਨੇ ਉਹ ਸਾਰੇ ਪੇਪਰ ਪੂਪਰ ਦਿਖਾ ਕੇ ਉਹ ਨਿਕਲ ਗਏ ਨਾ ਚੀਜ਼ਾਂ ਚੋਂ ਜੀ ਲੇਕਿਨ ਜਦੋਂ ਮੈਂ 3 ਸਾਲ ਤੋਂ ਬਾਅਦ ਲੀ ਤੇ ਚੜਨ ਲੱਗਿਆ ਜਦ ਤੱਕ ਜਿਹੜੇ ਮੇਰੇ ਆਫਿਸ ਦੇ ਵਿੱਚ ਮੈਨੇਜਰ ਸੀ ਉਹਨੇ ਸਾਰੇ ਸ਼ੋ ਲੋਕਾਂ ਨੂੰ ਵੱਣਨੇ ਸ਼ੁਰੂ ਕਰਤੇ ਵੀ ਨਹੀਂ ਕੋਈ ਤਾਂ ਇੱਥੇ ਹੁੰਦਾ ਨਹੀਂ ਹੂੰ ਜਦੋਂ ਬੌਸ ਸੀ ਜਾ ਕੇ ਧਿਆਨ ਨਾ ਦੇਵੇ ਆਪਣੇ ਕੰਮ ਦੇ ਉੱਪਰ ਜੀ ਤੇ ਉਹ ਥੱਲੇ ਜਿਹੜੇ ਤੁਹਾਡੇ ਜੌਬ ਕਰਨ ਵਾਲੇ ਮੁੰਡੇ ਉਹਨਾਂ ਦਾ ਹੀ ਕੁਝ ਕਰਨਾ ਹੂੰ ਉਹਨੂੰ ਲੱਗਦਾ ਸੀ ਵੀ ਇੱਥੋਂ ਮੈਂ ਜੇ ਇੱਕ ਸ਼ੋ ਬਾਰ ਬੁੱਕ ਰਾਨਾ 25 30 ਹਜ਼ਾਰ ਮਿਲ ਜਾਂਦਾ ਮੈਨੂੰ ਕਮ ਜਦ ਕਿ ਉਹਦੀ ਮੈਂ ਘਰ ਦੇ ਸਾਰੇ ਹਾਲਾਤ ਠੀਕ ਕੀਤੇ ਉਹਦੀਆਂ ਭੈਣਾਂ ਦੇ ਵਿਆਹਾਂ 'ਚ ਉਹਨੂੰ ਪੈਸੇ ਦਿੱਤੇ ਉਹਦੀ ਬਹੁਤ ਸਪੋਰਟ ਕਰਦਾ ਸੀ ਲੇਕਿਨ ਉਹ ਬੰਦੇ ਨੇ ਮੇਰਾ ਪੂਰਾ ਕਾਰੋਬਾਰ ਪਿੱਛੋਂ-ਪਿੱਛੋਂ ਸਾਰਾ ਲੋਕਾਂ ਨੂੰ ਵੰਡ ਦਿੱਤਾ ਸ਼ਾਇਦ ਉਹ ਵੀ ਸਮਾਂ ਸੀ ਜਾਂ ਮੇਰੇ ਕਰਮ ਸੀ ਜਾਂ ਜੋ ਵੀ ਸੀਗਾ ਕੋਈ ਕਰਮ ਹੀ ਕਹਿ ਸਕਦੇ ਆ ਉਹ ਤੋਂ ਬਾਅਦ ਜਦ ਤੱਕ ਮੈਨੂੰ ਪਤਾ ਲੱਗੇ ਚੀਜ਼ ਨੂੰ ਸੰਭਾਲਣ ਲਈ ਮੈਂ ਮੈਨੇਜ ਕਰਨ ਲਈ ਦੁਬਾਰਾ ਉਧਰ ਨੂੰ ਭੱਜਿਆ ਜਦ ਤੱਕ ਸਿਸਟਮ ਚੇਂਜ ਹੋ ਗਿਆ ਸੀ ਲਾਈਨ ਦੇ ਵਿੱਚ ਬਹੁਤ ਸਾਰੇ ਉਤਰਾ ਜਿਹੜਾ ਐਸੇ ਆਗੇ ਸੀਗੇ ਕਿ ਸਟਾਈਲ ਚੇਂਜ ਹੋ ਗਏ ਲੋਕਾਂ ਦੇ 뮤직 ਦੇ ਸਟਾਈਲ ਚੇਂਜ ਹੋ ਗਏ ਜੋ ਮੈਂ ਗਾਣੇ ਬਣਾਏ ਸੀ ਜੀ ਉਹ ਬਹੁਤ ਪੁਰਾਣੇ ਹੋ ਗਏ ਸੀਗੇ ਹਮ ਨਵੇਂ ਬਣਾਉਣ ਲਈ ਦੁਬਾਰਾ ਟਰਾਈ ਕਰਦਾ ਸੀ ਉਹ ਕੁਝ ਬਣਾਏ ਉਹਨਾਂ ਦੇ ਵਿੱਚ ਜਿਵੇਂ ਮੋਟਰ ਵਾਲਾ ਜੰਦਾ ਆ ਤੂੰ ਉਹਨੇ ਦੂਰ ਹੋਈ ਜੰਮ ਆਇਆ ਅੱਜ ਕਹਿ ਤਾਂ ਮੁੜ ਕੇ ਨਾ ਕਹਿਦੀ ਬੱਲੀਆ ਯਾਰ ਬਿੱਲੀ ਛੱਡ ਦੇ ਉਹ ਆਇਆ ਜੀ ਸ਼ੌਕਤ ਅਲੀ ਹੋਰੀ ਜਿਹੜੇ ਉਹਨਾਂ ਦੇ ਨਾਲ ਇੱਕ ਮੇਰੀ ਸੂਫੀ ਟੇਪ ਆਈ ਸੀ ਸਿੰਘ ਬਾਇ ਨੇਚਰ ਕਿ ਜੋ ਮੇਰੀ ਨੇਚਰ ਹੈ ਜੋ ਮੇਰਾ ਸਟਾਈਲ ਹੈ ਉਹਦੇ ਅਕੋਰਡਿੰਗ ਮੈਂ ਗਾਣੇ ਬਣਾਏ ਸੀ ਉਹ ਜੀ ਉਹ ਚ ਮੋਟਰ ਵਾਲਾ ਜੰਦਾ ਸੀ ਕੀਤਾ ਕੰਮ ਬਹੁਤ ਜਿੰਨੇ ਪੈਸੇ ਸੀ ਹੌਲੀ ਹੌਲੀ ਉਹ ਲੱਗਦੇ ਲੱਗਦੇ ਉਧਰੋਂ ਕੋਠੀ ਬਣਦੀ ਸੀ ਪਿੰਡ ਉਧਰੋਂ ਪੈਣਾ ਦੇ ਵਿਆਹ ਸੀ ਉਹ ਪੈਸੇ ਸਾਰੇ ਫਿਨਿਸ਼ ਹੋ ਗਏ ਹੌਲੀ ਹੌਲੀ ਜਿਹੜੀ ਪਲਾਟ ਪ੍ਰੂਡ ਲੈ ਸੀ ਉਹ ਵਿੱਚ ਵਿੱਚ ਬੁਝ ਕੇ ਲਾਤੇ ਕਿ ਕੋਈ ਗੱਲ ਨਹੀਂ ਸੀਜ਼ਨ ਆਉ ਆਜੂ ਵਾਪਸ ਉਹ ਐਸਾ ਉਹ ਸਿਸਟਮ ਇਹ ਲੈ ਲੋਕਾਂ ਨੂੰ ਨੇ ਇਹ ਕਹਿਣਾ ਸ਼ੁਰੂ ਕਰਤਾ ਸੀ ਮੁੰਡੇ ਨੇ ਕਿ ਭਾਜੀ ਤਾਂ ਇੰਨੇ ਘਟੇ ਸ਼ੋਅ ਕਰਦੇ ਨਹੀਂ ਹੂੰ ਹੁਣ ਜਿਹੜਾ ਬੰਦਾ ਇੱਕ ਵਾਰ ਮੁੜ ਜਾਂਦਾ ਨਾ ਕਿ ਨਿੱਕੂ ਨੇ ਇੰਨੇ ਘਟੇ ਸ਼ੋਅ ਨਹੀਂ ਕਰਨਾ ਇੱਥੇ ਆ ਪੈਸੇਜ ਨਹੀਂ ਕਰਨਾ ਤੇ ਇੰਨੀ ਰੇਂਜ ਦੇ ਵਿੱਚ ਤਾਂ ਆ ਬੰਦਾ ਹੀ ਮਿਲਦਾ ਐ ਰੇਂਜ ਆ ਬੰਦਾ ਹੀ ਮਿਲਦਾ ਚਾਰ ਆਪਸ਼ਨ ਆ ਗਈਆਂ ਬੰਦਾ ਉਧਰ ਨੂੰ ਜਾਣ ਲੱਗ ਜਾਂਦਾ ਉਹ ਲੋਕ ਮੁੜ ਕੇ ਆਏ ਨਹੀਂ ਮੇਰਾ ਧਿਆਨ ਨਹੀਂ ਸੀ ਵੀ ਇਹ ਚੀਜ਼ ਕਰਕੇ ਨੁਕਸਾਨ ਹੋਇਆ ਹੂੰ ਜਦ ਤੱਕ ਸਮਝ ਆਈ ਜਦ ਤੱਕ ਤਾਂ ਬਹੁਤ ਵਿਖਰ ਗਿਆ ਜਿਹਾ ਕੁਝ ਪਹਿਲਾ ਸ਼ੋਅ ਕਿੰਨੇ ਪੈਸੇ ਹਾਂ ਕੀਤਾ ਸੀ ਤੁਹਾਡੇ ਸਮ 8000 ਜਿਹਦੇ ਵਿੱਚ ਸਾਊਂਡ ਵੀ ਸੀਗੀ ਮਿਊਜ਼ੀਸ਼ੀਅਨ ਵੀ ਸੀਗੇ ਬੰਨਣਾ ਹੀ ਸੌਕੇ ਹੋ ਗਏ ਉਹਨੇ 8000 ਉਹ ਤੋਂ ਤਾਂ 8000 ਵੀ ਬਹੁਤ ਹੋਣਿਆ ਜਦੋਂ 2000 ਸਾਊਂਡ ਵਾਲੇ ਨੇ ਲਿਆ ਸੀਗਾ ਤੇ 5-500 ਮਿਊਜ਼ੀਸ਼ਨਾਂ ਨੇ ਲਿਆ ਸੀ ਤੇ ਪੰਜ ਜਾਂ ਛੇ ਮਿਊਜੀਸ਼ਨ ਸੀਗੇ ਜੀ ਤੇ ਅਧਿਕ ਪੈਸੇ ਉਹ ਚੋ ਬਚ ਗਏ ਸੀਗੇ ਤੇ 5000 ਰੁਪਏ ਉਤੋਂ ਆ ਗਿਆ ਸੀਗਾ ਜੀ ਉਹ ਬਹੁਤ ਸੀ ਉਸ ਟਾਈਮ ਪੈਸੇ ਆਨੰਦ ਜੀ ਤੁਹਾਡੇ ਲਈ ਸਵਾਲ ਹੈ ਕਿ ਵੀ ਮਾਡਲ ਦੇ ਤੌਰ ਤੇ ਤੁਸੀਂ ਆਏ ਅੱਗੇ ਫਿਲਮਾਂ ਵੱਲ ਪਰਤਣਾ ਕੋਸ਼ਿਸ਼ ਹੈ ਜਾਈ ਤਾਂ ਤੇ ਹੀ ਹੁੰਦਾ ਜਿਹੜਾ ਮਾਡਲ ਦੇ ਤੌਰ ਤੇ ਆ ਕੇ ਬਿਲਕੁਲ ਨੈਕਸਟ ਸਟੈਪ ਆਈ ਹੁੰਦਾ ਬੰਦੇ ਦਾ ਹਾਂਜੀ ਕੋਈ ਟ੍ਰੇਨਿੰਗ ਵੀ ਹੈ ਤੁਹਾਡੀ ਬੰਦੇ ਦਾ ਵੀ ਬੀਬੀਆਂ ਦਾ ਮਤਲਬ ਹਰ ਇੱਕ ਬੰਦੇ ਦਾ ਤੁਹਾਡਾ ਅਗਲਾ ਹਾਂ ਬਿਲਕੁਲ ਫਿਲਮਾਂ ਚਾਹੁੰਦਾ ਨੇ ਹਾਂਜੀ ਬਈ ਮੈਂ ਮੇਰਾ ਐਕਸਪੀਰੀਅੰਸ ਜਿਹੜਾ ਫਿਲਮ ਇੰਡਸਟਰੀ ਨੂੰ ਲੈ ਕੇ ਇਦਾਂ ਕਿ ਫਿਲਮ ਉਦੋਂ ਬਣਾਉਣੀ ਚਾਹੀਦੀ ਹੈ ਜਦੋਂ ਤੁਸੀਂ ਇੱਕ ਮੁਕਾਮ ਤੇ ਪ੍ਰੋਪਰ ਸੈਟੋਂ ਜੀ ਤੁਹਾਡਾ ਆਈਚ ਲਈ ਸਬ ਸੈਟ ਚੱਲਦੀ ਆ ਬਾਧੂ ਪੈਸਾ ਤੁਹਾਡੇ ਕੋਲ ਸਾਈਡ ਤੇ ਪਿਆ ਨੰਬਰ 2 ਤੁਹਾਡੇ ਕੋਲ ਇੱਕ ਪ੍ਰੋਪਰ ਟੀਮ ਹੈ ਜਿਹੜੀ ਉਹ ਫਿਲਮ ਨੂੰ ਬਣਾਉਣ ਵਾਲੀ ਆ ਉਹ ਜੈਨੂਨ ਪਰਸਨ ਨੇ ਜੇ ਤੁਹਾਨੂੰ ਇੱਕ ਵੀ ਬੰਦਾ ਉੱਥੇ ਗਲਤ ਮਿਲ ਗਿਆ ਤੁਹਾਡੀ ਫਿਲਮ ਚੱਲਦੀ ਚੱਲਦੀ ਕਿਤੇ ਵੀ ਬੰਦ ਹੋ ਸਕਦੀ ਹੈ ਜਿਵੇਂ ਮੇਰੇ ਨਾਲ ਬਹੁਤ ਵਾਰ ਹੋਇਆ ਇਦਾਂ ਹੂੰ ਮੈਂ ਪਹਿਲੀ ਫਿਲਮ ਦਾ 11 ਲੱਖ ਰੁਪਏ ਲੈਣਾ ਜਿਹੜਾ ਬੈਲੈਂਸ ਰਹਿਣਾ ਦੂਜੀ ਦਾ ਮੈਂ 26 ਲੱਖ ਰੁਪਏ ਲੈਣਾ ਤੀਜੀ ਦਾ 40 ਲੱਖ ਰੁਪਏ ਲੈਣਾ ਹੂੰ ਤੀਜੀ ਫਿਲਮ ਵਾਲੇ ਤਾਂ ਜਿਨ੍ਹਾਂ ਨੇ ਬਣਾਈ ਸੀ ਉਹ ਸਾਡਾ ਭਰਾ ਛਾਰਟ ਸੀਗਾ ਡਿੰਪੀ ਗੁਰਿੰਦਰ ਡਿੰਪੀ ਉਹ ਜੀ ਉਹਨੇ ਡੈਥ ਹੋ ਚੁੱਕੀ ਹੈ ਉਹ ਫਿਲਮ ਵੀ ਵਿਚੇ ਰੁਲ ਗਈ ਵਿਚੇ ਉਹ ਪੈਸੇ ਪੁੱਛਦਾ ਚਲੋ ਖਾਦੀ ਖੜੀ ਉਹਨੂੰ ਦੁੱਖ ਲੱਗਦਾ ਤੁਹਾਨੂੰ ਵੀ ਆਪਦੇ ਬੰਦੇ ਐਂ ਕਰ ਜਾਂਦੇ ਆ ਤੇ ਹੁਣ ਚੱਕਰ ਕੀ ਹੈ ਹੁਣ ਜਿਹੜਾ ਕੁਝ ਹੋ ਗਿਆ ਜੀ ਉਹਨੂੰ ਸੋਚ-ਸੋਚ ਕੇ ਪਛਤਾਈ ਜਾਵਾਂਗੇ ਕੰਮ ਕਰਦੋਂ ਕਰਾਂਗੇ ਕਲਾਕਾਰਾਂ ਲਈ ਮੈਂ ਤੁਸੀਂ ਰਿਆਜ਼ ਕਰ ਦਉ ਤੇ ਗਾਇਕੀ ਦੇ ਤੌਰ ਤੇ ਰਿਆਜ਼ ਕਿੰਨੇ ਕਿੰਨੇ ਘੰਟੇ ਕਰਨਾ ਪੈਂਦਾ ਫਿਰ ਆਵਾਜ਼ ਨਿਕੂ ਵਰਗੀ ਹੁੰਦੀ ਆ ਤੇ ਐਕਟਿੰਗ ਲਈ ਵੀ ਰਿਆਜ਼ ਤਾਂ ਜ਼ਰੂਰੀ ਆ ਅੱਜ ਕੱਲ੍ਹ ਤਾਂ ਬੰਦਾ ਕਹਿੰਦਾ ਮੈਨੂੰ ਗਾਉਣਾ ਆਉਂਦਾ ਤੇ ਮੈਂ ਐਜ਼ ਇਨ ਐਕਟਰ ਆ ਜਾਣਾ ਮੈਂ ਪਹਿਲੀ ਫਿਲਮ ਦੇ ਵਿੱਚ ਤਾਂ ਮੈਂ ਜਿੰਮੇ ਸੀਗਾ ਉਦਾਂ ਹੀ ਜਾ ਕੇ ਸ਼ੁਰੂ ਕਰ ਲਈ ਸੀ ਦਿਲਪਰਦੇਸੀ ਹੋ ਗਿਆ ਉਠਾਕਰਤ ਪਸਵੀ ਸਾਬ੍ਹ ਕਹਿੰਦੇ ਸੀ ਕਿ ਤੂੰ ਚਿੰਤਾ ਨਾ ਕਰ ਆਪਾਂ ਕਰ ਲਾਂਗੇ ਲੇਕਿਨ ਜਦੋਂ ਮੇਰੇ ਯਾਰ ਕਮਿਨੇ ਫਿਲਮ ਸ਼ੁਰੂ ਕੀਤੀ ਸੀ ਉਹਨਾਂ ਦਿਨਾਂ 'ਚ ਰਿਸ਼ੀ ਮੈਮ ਕੋਲੇ ਫਿਰ ਮੈਂ ਕਲਾਸਾਂ ਲੈਣੇ ਸ਼ੁਰੂ ਕੀਤੀਆਂ ਸੀ ਜੀ ਲੁਧਿਆਣੇ ਹਾਂ ਜਿਲ੍ਹਾ ਲੁਧਿਆਣਾ ਕਿਉਂਕਿ ਮੈਂ ਲੁਧਿਆਣੇ ਦਾ ਹੀ ਸੀਗਾ ਜ ਉਹਦੇ ਨਾਲ ਥੋੜੀ ਜਿਹੀ ਇੰਪਰੂਵਮੈਂਟ ਆਈ ਤੁਸੀਂ ਵੀ ਲੈਣੇ ਹੋ ਕਲਾਸਾਂ ਨਹੀਂ ਫਿਲਹਾਲ ਤਾਂ ਨਹੀਂ ਮਤਲਬ ਜਿਵੇਂ ਚੱਲ ਰਿਹਾ ਓਵੇਂ ਚਲਾ ਰਹੀ ਹਾਂ ਬਟ ਹਾਂ ਇਨ ਫਿਊਚਰ ਜਦ ਮੂਵੀਜ਼ ਵੱਲ ਕੰਟੀਨਿਊ ਕਰੂੰਗੀ ਦੈਨ ਮਸਟ ਹੈ ਬਿਲਕੁਲ ਬਹੁਤ ਜ਼ਰੂਰੀ ਹੈ ਆਪਣੇ ਸ਼ਹਿਰ ਤੇ ਰਿਸ਼ੀ ਮੈਂ ਨਹੀਂ ਉੱਥੇ ਕੁਝ ਜਾਸ ਮੈਂ ਲੁਧਿਆਣੇ ਤੋਂ ਜਾਂ ਮੇਰੇ ਤੋਂ ਚਲੋ ਜੀ ਕਲੋਜ਼ੀ ਤੁਹਾਡਾ ਗਾਣਾ ਆਉਂਦਾ ਹੈਗਾ ਜਿਸਮਾ ਤੋਂ ਪਾਰ ਦੀ ਗੱਲ ਹੈ ਜੀ ਸਰਗੀ ਹੋਣੀ ਉਹ ਗਾਉਂਦੇ ਨੇ ਪੰਜਾਬ ਦੀ ਕੁੜੀ ਹੈ ਮੈਨੂੰ ਆਪ ਨਹੀਂ ਪਤਾ ਸੀ ਵੀ ਤੁਹਾਡਾ ਗਾਇਆ ਹੋਇਆ ਗਾਣਾ ਹੈਗਾ ਤੋ ਬਾਅਦ ਜਾ ਕੇ ਪਤਾ ਲੱਗਦਾ ਹੈ ਤੇ ਇੰਦਰਜੀਤ ਨਿੱਕੂ ਦਾ ਗਾਣਾ ਪਰ ਸਰਗੀ ਮਾਨ ਅੱਜ ਵਿਦੇਸ਼ ਦੇ ਗੇੜੇ ਲਾਉਂਦੀ ਹੈ ਤੇ ਨਿੱਕੂ ਪੰਜਾਬ ਬੈਠਾ ਹੈ। ਕੀ ਅਫਸੋਸ ਹੋ ਰਿਹਾ ਹੈ ਕਿ ਵੈਸੀ ਹਸਾ ਰਿਹਾ। ਚਲ ਕੋਈ ਗੱਲ ਨਹੀਂ ਮੈਨੂੰ ਕਈ ਵਾਰ ਨਹੀਂ ਸੱਚੀ ਗੱਲ ਹੈ। ਹਾਂ ਹੈ ਤਾਂ ਸੱਚ। ਚੌਪਦੀ ਨਹੀਂ ਮੈਨੂੰ ਬਾਅਦ ਜਦੋਂ ਮੈਂ ਤੁਹਾਡਾ ਗਾਣਾ ਬਾਅਦ ਸੁਣਿਆ ਮੈਂ ਅੱਛੇ ਨੀਕੂ ਬਾਈ ਦਾ ਗਾਣਾ ਤੇ ਵੀ ਉਹ ਸਾਡੇ ਕੋਲ ਕੁੜੀ ਆਈ ਸੀ ਇੰਟਰਵਿਊ ਵੀ ਕਰਕੇ ਗਈ ਐ ਮੈਨੂੰ ਉਸ ਦਿਨ ਪਤਾ ਲੱਗਿਆ ਵੀ ਤੁਹਾਡਾ ਗਾਣਾ ਮੇਰਾ ਦਿਲ ਤਾਂ ਕਈ ਵਾਰ ਇਹ ਵੀ ਕਰ ਦਿੰਦਾ ਕਿ ਮੈਂ ਸਾਰੇ ਆਰਟਿਸਟਾਂ ਨੂੰ ਇਹ ਕਹਾਂ ਕਿ ਜੇ ਤੁਹਾਡੇ ਗਾਣੇ ਨਾ ਚੱਲਣ ਜਾਂ ਉਹਦੀ ਪ੍ਰੋਮੋਸ਼ਨ ਪ੍ਰੋਪਰ ਨਾ ਹੋ ਪਾਵੇ ਉਹ ਕਿਸੇ ਰੀਲ ਤੋਂ ਕਿਉਂਕਿ ਅੱਜ ਕੱਲ ਰੀਲਾਂ ਚੱਲਦੀਆਂ ਨੇ ਆਪਾਂ ਪਹਿਲਾਂ ਹੀ ਗੱਲ ਕੀਤੀ ਪਹਿਲਾਂ ਵੀ ਰੀਲਾਂ ਸੀ ਹੁਣ ਵੀ ਰੀਲਾਂ ਚੱਲਦੀਆਂ ਜੇ ਤੁਹਾਡਾ ਗਾਣਾ ਕਿਸੇ ਰੀਲ ਕਰਕੇ ਚੱਲਦਾ ਤੇ ਤੁਸੀਂ ਪਲੀਜ਼ ਉਹ ਜਿਨੇ ਰੀਲ ਜਿਹਦੀ ਰੀਲ ਚੱਲੀ ਆ ਨਾ ਉਹ ਤੋਂ ਇੱਕ ਵਾਰ ਗਵਾ ਕੇ ਉਹਨੂੰ ਅਵਾਰਡ ਦਵਾ ਦਿਆ ਕਰੋ ਤਾਂ ਕਿ ਤੁਹਾਡਾ ਗਾਣਾ ਵਾਇਡ ਹਿੱਟ ਹੋ ਸਕੇ ਹਾਂ ਚੱਲ ਸਕੇ ਤੁਹਾਨੂੰ ਦੁੱਖ ਲੱਗ ਰਿਹਾ ਤੁਸੀਂ ਇਹ ਦੱਸੋ ਆਪਣਾ ਬੱਚਾ ਜੰਮਿਆ ਹੋਇਆ ਆਪਣਾ ਬੱਚਾ ਪਾਲ ਪਲੋਸ ਕੇ ਜਦੋਂ ਕਿਸੇ ਕੋਈ ਹੋਰ ਚੱਕ ਕੇ ਲੈ ਜਾਵੇ ਤੁਹਾਨੂੰ ਤਕਲੀਫ ਨਹੀਂ ਹੋਗੀ ਨਹੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਕਲਾਕਾਰਾਂ ਦੇ ਨਾਲ ਖੜ੍ਹਦੇ ਹਾਂ ਮੇਰਾ ਗਾਣਾ ਉਹ ਵੀ ਕਾਸ ਮੈਂ ਤਾਂ ਆਪ ਕਹਿੰਨਾ ਮੈਂ ਤਾਂ ਕਹਿੰਦਾ ਮੇਰੀ ਸਮਝ ਦੀ ਵੀ ਗੱਲ ਕਰਦੇ ਮੈਂ ਤਾਂ ਹੁਣ ਵੀ ਕਹਿੰਨਾ ਕਿ ਉਹ ਕੁੜੀ ਦੀ ਜਿਹੜੀ ਜ਼ਿੰਦਗੀ ਇਸ ਗਾਣੇ ਨਾਲ ਬਣੀ ਆ ਇਹ ਤੋਂ ਵੱਡੀ ਗੱਲ ਕੋਈ ਨਹੀਂ ਫਿਰ ਤਾਂ ਵੱਡੀ ਗੱਲ ਪਰ ਪਰ ਇਸ ਗੱਲ ਦਾ ਦੁਖਾਂਤ ਬਹੁਤ ਹੈ ਕਿ ਜਿਹੜੇ ਸਮੇਂ 'ਚ ਇਹ ਗਾਣਾ ਮੇਰਾ ਆਇਆ ਉਹਨਾਂ ਦਿਨਾਂ 'ਚ ਮੈਨੂੰ ਮੇਰੇ ਉਹਦਾ ਸਾਡੀ ਸਾਰੀ ਇੰਡਸਟਰੀ ਤੋਂ ਜ਼ਿਆਦਾ ਲੋਡ ਮੈਨੂੰ ਸੀ ਉਸ ਸਮੇਂ ਮੈਂ ਲੋਕਾਂ ਤੋਂ ਕਿਸੇ ਤੋਂ ਇੱਕ ਰੁਪਏ ਨਹੀਂ ਮੰਗੇ ਮੈਂ ਸਭ ਕੰਮ ਮੰਗਿਆ ਜਿਹੜਾ ਕੰਮ ਮੰਗਿਆ ਜਿਹੜਾ ਕੰਮ ਮੇਰੇ ਹਿੱਸੇ ਆਇਆ ਜਿਹੜਾ ਚੰਗਾ ਕੰਮ ਸੀ ਉਹ ਚੱਕ ਕੇ ਕਿਸੇ ਨੂੰ ਬਣਾ ਬਣਾ ਕੇ ਕਿਸੇ ਹੋਰ ਨੂੰ ਪਰੋਸਿਆ ਜਾਵੇ ਤਕਲੀਫ ਤਾਂ ਹੁੰਦੀ ਹੈ ਨਾ ਕਿ ਇੱਚ ਝੂਠ ਤਾਂ ਕੋਈ ਹੈ ਹੀ ਨਹੀਂ ਕਿਉਂਕਿ ਮੈਂ ਤੁਹਾਡੀ ਮੈਂ ਐਵੇਂ ਤੁਹਾਨੂੰ ਕਹਿ ਜਾਵਾਂ ਮੈਨੂੰ ਕੋਈ ਤਕਲੀਫ ਨਹੀਂ ਹੋ ਤਕਲੀਫ ਕਿਉਂ ਨਹੀਂ ਹੋਗੀ ਤਕਲੀਫ ਤਾਂ ਹੋਊਗੀ ਨਾ ਪਰ ਹੁਣ ਇਹ ਜ਼ਰੂਰ ਹੈ ਕਿ ਜੇ ਮੇਰੇ ਉਸ ਗਾਣ ਕਰਕੇ ਕੋਈ ਕੁੜੀ ਉਹ ਕੁੜੀ ਦੇ ਗਾਣੇ ਹੋਰ ਚੱਲਣ ਮੈਂ ਤਾਂ ਕਹਨਾ ਬਹੁਤ ਆਣ ਬਹੁਤ ਗਾਣੇ ਤੁਹਾਡਾ ਲਿਆ ਜਾ ਸਕਦਾ ਜਿੱਥੇ ਪਰ ਤੁਸੀਂ ਇਹ ਸੋਚੋ ਸਰਗੀ ਵੀ ਸ਼ਾਇਦ ਮੇਰੀ ਭੈਣ ਸੁਣਦੀ ਹੋਗੀ ਰਹਿੰਦੀ ਜ਼ਿੰਦਗੀ ਤੱਕ ਸਰਗੀ ਨੂੰ ਜਸਮਾ ਤੋਂ ਪਾਰ ਪਾਰ ਗਾਣੇ ਨਾਲ ਜਾਣਿਆ ਜਾਊਗਾ ਇੱਕ ਗੱਲ ਸੱਚਾਈ ਹੈ ਅਟਲ ਸੱਚਾ ਹੈ ਇਹ ਇਦਾਂ ਹੀ ਰਹਿਣਾ ਹੈ ਜੀ ਕਿ ਉਸ ਕੁੜੀ ਦੇ ਹਿੱਸੇ ਗਾਣਾ ਆ ਕਿਵੇਂ ਗਿਆ ਉਹ ਬੱਚ ਦੀ ਗੱਲ ਹੈ ਨਵੀਂ ਕੰਪਨੀ ਬਣਾਈ ਹੈ ਕੰਪਨੀ ਦਾ ਨਾਮ ਦ ਟਰਬਿਨੇਟਰ ਅੱਜ ਕੱਲ ਤਾਂ ਕੰਪਨੀਆਂ ਬਹੁਤ ਹੈ ਤੁਸੀਂ ਨਹੀਂ ਕੋਸ਼ਿਸ਼ ਕੀਤੀ ਫਲਾਨੀ ਕੰਪਨੀ ਕੋਲੇ ਚਲੇ ਜਾਂਦੇ ਜਦੋਂ ਜਦੋਂ ਮੇਰਾ ਇਹ ਰੌਲਾ ਪਿਆ ਮੈਨੂੰ ਲੱਗਦਾ ਮੈਂ ਜਿੰਨੀਆਂ ਕੰਪਨੀਆਂ ਨੇ ਮੇਰੀਆਂ ਪੋਸਟਾਂ ਵੱਡੇ ਵੱਡੇ ਪੋਸਟਰ ਪਾਏ ਕਿ ਨਿੱਕੂ ਅਸੀਂ ਤੁਹਾਡੇ ਨਾਲ ਆ ਟੈਨਸ਼ਨ ਨਹੀਂ ਲੈਣੀ ਤੁਹਾਡੀ ਆਪਣੀ ਕੰਪਨੀ ਜਿੰਨੇ ਮਰਜ਼ੀ ਗਾਣੇ ਕਰੋ ਤੁਸੀਂ ਬੈਕ ਜਾ ਕੇ ਥੋੜਾ ਦੇਖੋਗੇ ਨਾ ਤੁਹਾਨੂੰ ਬਹੁਤ ਸਾਰੇ ਪੋਸਟਰ ਮਿਲ ਜਾਣਗੇ ਮੈਂ ਸਾਰੀਆਂ ਕੰਪਨੀਆਂ ਨੂੰ ਅਪਰੋਚ ਕੀਤੀ ਕਿਸੇ ਕੰਪਨੀ ਨੇ ਕੋਈ ਗਾਣਾ ਨਹੀਂ ਕੀਤਾ ਜਾਂ ਮੈਨੂੰ ਗਾਣੇ ਹੀ ਐਸੇ ਦਿਖਾਤੇ ਵੀ ਆ ਕਰ ਲਓ ਗਾਣਾ ਉਹ ਗਾਣੇ ਇੱਕ ਇੰਦਰਜੀਤ ਨਿਕੂ ਦਾ ਸਟਾਈਲ ਹੈ ਹੂੰ ਇੱਕ ਗੁਰਦਾਸ ਮਾਨ ਦਾ ਸਟਾਈਲ ਹੈ ਜੀ ਇੱਕ ਬੱਬੂ ਮਾਨ ਦਾ ਸਟਾਈਲ ਹੈ ਇੱਕ ਸਤਨਾਮ ਸਾਗਰ ਦਾ ਸਟਾਈਲ ਹੈ ਸਾਰੇ ਅਲੱਗ-ਅਲੱਗ ਨੇ ਨਾ ਜੀ ਹੁਣ ਮੈਨੂੰ ਕੋਈ ਕਹੇ ਵੀ ਤੂੰ ਸਤਨਾਮ ਸਾਗਰ ਵਰਗੇ ਗਾਣੇ ਗਾ ਜਾਂ ਤੂੰ ਆ ਆ ਫਲਾਨੇ ਵਰਗੇ ਗਾਣੇ ਨਹੀਂ ਹੋ ਸਕਦਾ ਉਹ ਕਿਉਂਕਿ ਉਹਨਾਂ ਦਾ ਸਟਾਈਲ ਆ ਉਹ ਇੱਕ ਟੋਟਲੀ ਅੱਜ ਅਰਬਨ ਗਾਣੇ ਬਣਦੇ ਨੇ ਜੀ ਇੱਕ ਅੱਜਕੱਲ ਟੋਟਲੀ ਬੰਦੂਖਾਂ ਵਾਲੇ ਨਸ਼ੇ ਵਾਲੇ ਗਾਣੇ ਬਣਦੇ ਨੇ ਹੁਣ ਮੈਂ ਤਾਂ ਆਪਣੇ ਸਟਾਈਲ ਦੇ ਗਾਉਣਾ ਮੈਨੂੰ ਗਾਣੇ ਐਸੇ ਮੂਰੇ ਰਖ ਦਿੱਤੇਗੇ ਤੁਸੀਂ ਆ ਗਾਣਾ ਗਾਓ ਤੇ ਮੈਂ ਮੱਲੋ ਮੱਲੀ ਮੇਰੇ ਮੂੰਹ ਚੋਂ ਨਾ ਹੀ ਨਿਕਲਣੀ ਸੀ ਉਥੇ ਇੱਕ ਵੀਡੀਓ ਜਿਹੜੀ ਤੁਹਾਡੀ ਆਉਂਦੀ ਆ ਪੋਸਟ ਤੇ ਗੱਲ ਨਹੀਂ ਕਰਦੇ ਉਹ ਕਿਉਂਕਿ ਬਹੁਤ ਬਾਰੀ ਗੱਲ ਹੋ ਚੁੱਕੀ ਆ ਉਸ ਤੋਂ ਬਾਅਦ ਇੱਕ ਲੋਕ ਉਹ ਨੇ ਜਿਹੜੇ ਤੁਹਾਡੇ ਖਿਲਾਫ ਖੜ ਜਾਂਦੇ ਨੇ ਇੱਕ ਲੋਕ ਉਹ ਨੇ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਕਹਿੰਦੇ ਨਹੀਂ ਆਪਾਂ ਨੱਚੂ ਦੇ ਨਾਲ ਖੜਨਾ ਚਾਹੀਦਾ ਪੰਜਾਬੀ ਤਾਂ ਖੜੇ ਨੇ ਵਿਦੇਸ਼ ਚ ਬੈਠੇ ਵੀ ਖੜੇ ਨੇ ਪੰਜਾਬ ਚ ਬੈਠੇ ਵੀ ਤੁਹਾਡੇ ਨਾਲ ਖੜੇ ਸੀ ਇਹ ਗੱਲ ਸਾਰੀ ਦੁਨੀਆ ਨੂੰ ਪਤਾ ਕਿ ਪੰਜਾਬ ਜਦੋਂ ਕਿਸੇ ਦਿਨ ਖੜਾ ਹੁੰਦਾ ਤੇ ਫਿਰ ਉਹ ਬੰਦੇ ਦੀ ਕਦੇ ਵੀ ਹਾਰ ਨਹੀਂ ਹੋ ਸਕਦੀ ਹੂੰ ਤੇ ਅੱਜ ਪੰਜਾਬ ਮੇਰੇ ਨਾਲ ਖੜਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪੂਰੀ ਇੰਡਸਟਰੀ ਮੇਰੇ ਨਾਲ ਖੜੀ ਹੈ ਚਾਹੇ ਇੱਕੋ ਵਾਰ ਖੜੀ ਹੈ ਪੂਰੀ ਦੁਨੀਆ ਨੂੰ ਇਹ ਪਤਾ ਲੱਗ ਗਿਆ ਕਿ ਨਿੱਕੂ ਦੇ ਪਿੱਛੇ ਪੂਰੀ ਇੰਡਸਟਰੀ ਖੜੀ ਹੈ ਲੇਕਿਨ ਕਿੰਨਾ ਕਿਤੇ ਇਸ ਗੱਲ ਦਾ ਦੁੱਖ ਜ਼ਰੂਰ ਹੁੰਦਾ ਕਿ ਪੂਰੀ ਇੰਡਸਟਰੀ ਨੇ ਜਿਹੜੇ ਵਾਅਦੇ ਕੀਤੇ ਕਿਉਂਕਿ ਮੈਂ ਫਿਰ ਰਿਪੀਟ ਕਰਦਾ ਮੈਂ ਪੈਸੇ ਨਹੀਂ ਮੰਗੇ ਮੈਂ ਸਿਰਫ ਕੰਮੇ ਮੰਗੇ ਸਾਰਿਆਂ ਤੋਂ ਮੈਂ ਜਦੋਂ ਸਾਰਿਆਂ ਨੂੰ ਇਹ ਕਿਹਾ ਕਿ ਕਿ ਗਾਣਾ ਆਪਾਂ ਕਲੈਬੋਰੇਟ ਕਰਕੇ ਕਰਦੇ ਆ ਕਿਸ ਨੇ ਲਿਖਣ ਵਾਸਤੇ ਕਿਹਾ ਨਾਮੀ ਨਾਮੀ ਬੰਦੇ ਨੂੰ ਲਿਖਣ ਵਾਸਤੇ ਕਿਹਾ ਨਾ ਕਿਸ ਨੇ ਲਿਖ ਕੇ ਦਿੱਤਾ ਨਾ ਕਿਸ ਨੇ ਨਾਲ ਕਲੈਬੋਰੇਟ ਕੀਤਾ ਨਾ ਕਿਸ ਨੇ ਉਹਦਾ ਮਿਊਜ਼ਿਕ ਕਰਕੇ ਦਿੱਤੇ ਜਿਹੜੇ ਬੋਲੇ ਸੀ ਮੇਰੇ ਅੱਜ ਵੀ ਬਹੁਤ ਲੋਕਾਂ ਕੋਲੇ ਜਿਹੜੇ ਨਾਮੀ ਮਿਊਜ਼ਿਕ ਡਾਇਰੈਕਟਰ ਨੇ ਉਹਨਾਂ ਕੋਲ ਗਾਣੇ ਬਣੇ ਪਏ ਨੇ ਹੂੰ ਜਿੱਥੇ ਮੈਂ ਫੇਵਰਨ ਲੈ ਲੈ ਕੇ ਫੀਮੇਲ ਆਰਟਿਸਟਾਂ ਤੋਂ ਵੀ ਗਵਾਏ ਲੇਕਿਨ ਮੈਨੂੰ ਗਾਣੇ ਮਿਲੇ ਨਹੀਂ ਰਹੇ ਹੋ ਇਹ ਕਹਿ ਕੇ ਵੀ ਤੁਸੀਂ ਦੁਸ਼ਮਣੀ ਸਿਹੜ ਰਹੇ ਹੋ ਵੇ ਇਹ ਦਸ਼ਮਿਕਾ ਦੀ ਹੈ ਤੁਸੀਂ ਪੰਜਾਬੀ ਦਾ ਤੁਹਾਡੇ ਨਾਲ ਖੜੇ ਜਿਹੜੇ ਲੋਕ ਨੇ ਮੈਂ ਫਿਰ ਉਹ ਕਹਿੰਦਾ ਮੈਂ ਫਿਰ ਉਹ ਹੀ ਕਹਿੰਦਾ ਪੰਜਾਬ ਜਿਹਦੇ ਨਾਲ ਖੜਦਾ ਉਹ ਬੰਦਾ ਕਦੇ ਮਰਦਾ ਨਹੀਂ ਪੰਜਾਬ ਮੇਰੇ ਨਾਲ ਖੜਾ ਇੰਡਸਟਰੀ ਦੀ ਗੱਲ ਅਲੱਗ ਹੈ ਮੈਂ ਉਹ ਹੀ ਦੱਸਣ ਲੱਗਿਆ ਜਿੱਥੇ ਤੁਹਾਨੂੰ ਕਹੇ ਵੀ ਕਿਹਾ ਵੀ ਪ੍ਰੋਗਰਾਮ ਤੁਹਾਡੇ ਵਿਦੇਸ਼ਾਂ ਚ ਕਰਾਵਾਂਗੇ ਆਓ ਨਿੱਕੂ ਜੀ ਤੁਸੀਂ ਹਨਾ ਉਹ ਗੱਲ ਅਲੱਗ ਹੈ ਤੁਸੀਂ ਇੱਕ ਪਾਸੇ ਕਰੋ ਇੰਡਸਟਰੀ ਮੇਰੇ ਖਿਲਾਫ ਖੜ ਗਈ ਇੱਕ ਪਾਸੇ ਕਰੋ ਮੇਰੇ ਨਾਲ ਖੜੇ ਨੇ ਨਹੀਂ ਨਾਲ ਖੜੇ ਸਾਰੇ ਲੇਕਿਨ ਉਹ ਤੋਂ ਬਾਅਦ ਜਿਹੜੇ ਗਾਣੇ ਬਣੇ ਉਹ ਦਿੱਤੇ ਕਿਉਂ ਨਹੀਂ ਵਾਪਸ ਮੈਨੂੰ ਉਹ ਤਾਂ ਮੇਰੇ ਲਈ ਮੈਂ ਤਾਂ ਗਾਈ ਬੈਠਾ ਹਾਂ ਮੈਂ ਤਾਂ ਫੀਮੇਲ ਆਰਟ ਫੇਵਰਨ ਲੈ ਲੈ ਕੇ ਗਾਣੇ ਰਿਕਾਰਡ ਕਰਕੇ ਫੜਾ ਚੁੱਕੇ ਹਾਂ ਲੋਕ ਕਰਕੇ ਦੋ ਕੰਪਲੀਟ ਮੈਨੂੰ ਕਿਉਂ ਨਹੀਂ ਵਾਪਸ ਮਿਲੇ ਇਸੇ ਕਰਕੇ ਫਿਰ ਅੱਜ ਆਪਣੀ ਕੰਪਨੀ ਲਾਂਚ ਕਰਨੀ ਪਈ ਜ਼ਰੂਰੀ ਸੀ ਇਹ ਕਿਉਂਕਿ ਮੈਂ 9 10 ਮਹੀਨੇ ਵੇਟ ਕੀਤੀ ਕਿ ਮੇਰੀ ਇੰਡਸਟਰੀ ਜੋ ਇੰਨੇ ਲੋਕ ਸੀ ਇੰਨੀਆਂ ਕੰਪਨੀਆਂ ਸੀ ਇੰਨੇ ਰਾਈਟਰ ਸੀ ਇੰਨੇ ਸਿੰਗਰ ਸੀਗੇ ਨਾਲ ਆਉਣਗੇ ਤੁਰਨਗੇ ਆਪਾਂ ਗਾਣੇ ਬਣਾਵਾਂਗੇ ਮੈਂ ਵੇਟ ਹੀ ਕਰਦਾ ਰਿਹਾ ਲੋਕਾਂ ਨੂੰ ਇਹ ਲੱਗਣ ਲੱਗਾ ਨਿੱਕੂ ਦੀ ਐਡੀ ਕੰਟਰੋਵਰਸੀ ਹੋਣ ਤੋਂ ਬਾਅਦ ਵੀ ਨਿੱਕੂ ਵਾਪਸ ਕਿਉਂ ਨਹੀਂ ਆ ਰਿਹਾ ਹੁਣ ਮੈਂ 5 6 ਵੀਡੀਓ ਜਿਹੜੇ ਬਣਾ ਚੁੱਕੇ ਹਾਂ ਜਿਹੜੇ ਹੁਣ ਇੱਕ ਇੱਕ ਕਰ ਹੁਣ ਜੇ ਮੈਂ মিনਤਾਂ ਦੀ ਰਹਿੰਦਾ ਕਿ ਯਾਰ ਕਰ ਲਓ ਯਾਰ ਕਰ ਲਓ ਫਿਰ ਮੈਨੂੰ ਪਤਾ ਸੀ ਇਹ ਤਾਂ ਫਿਰ মিনਤੇ ਰਹਿ ਗਈਆਂ ਹੌਲੀ ਹੌਲੀ ਲੋਕ ਫੇਰ ਭੁੱਲ ਜਾਣਗੇ ਫਿਰ ਕਿਹਨੂੰ ਚੇਤੇ ਆਉਣਾ ਨਿਕੂ ਮਤਲਬ ਕਦਮ ਆਪ ਹੀ ਪੁੱਟਣਾ ਪੈਣਾ ਗੁਰਨਾਨਕ ਪਾਸ਼ਨ ਨੇ ਤਾਂ ਹੀ ਕਿਹਾ ਨਾ ਕਿ ਕਰਮ ਸਭ ਤੋਂ ਪ੍ਰਧਾਨ ਹੈ ਕਰਮੇ ਧਰਮ ਹੈ ਜੇ ਕਰਮ ਨਹੀਂ ਕਰਾਂਗੇ ਫਿਰ ਤੁਹਾਨੂੰ ਤੁਹਾਡਾ ਫੋਟੋ ਨਹੀਂ ਮਿਲਣਾ ਕੁਝ ਬਿੱਲ ਬੈਟ ਨਹੀਂ ਮਿਲਣਾ ਮੈਂ ਭੱਜਿਆ 9 ਮਹੀਨੇ ਚ ਵੀ ਬਹੁਤ ਆ ਜਿਹੜੇ ਪਿਛਲੇ ਨਿਕਲੇ ਨੇ ਜੀ ਕੰਟਰੋਵਰਸੀ ਤੋਂ ਬਾਅਦ ਲੇਕਿਨ ਉਹ ਚ ਨਹੀਂ ਕਿਸਨੇ ਹੱਥ ਫੜਿਆ ਮੈਂ ਇਕੱਲੇ ਇਕੱਲੇ ਬੰਦੇ ਕੋਲ ਗਿਆ ਜਿਹੜੇ ਲੋਕਾਂ ਨੇ ਨਾਲ ਕੰਮ ਕੀਤਾ ਕੁਲਸ਼ਾਨ ਨੇ ਕਈ ਗਾਣੇ ਅ ਪਰਮਿਸ਼ਨ ਨੇ ਗਾਣਾ ਕੀਤਾ ਸੀ ਦਿਲਜੀਤ ਨੇ ਕੀਤਾ ਸੀ ਗਿੱਪੀ ਨੇ ਗਾਣਾ ਕੀਤਾ ਸੀ ਉਹ ਚਲੋ ਸਰਗੀ ਦੇ ਹਿੱਸੇ ਚ ਲਿਆ ਗਿਆ ਜੀ ਹੋਰ ਕਰਤਾਰ ਨੇ ਕੀਤਾ ਸੀ ਗਾਣਾ ਉਹ ਤੋਂ ਬਾਅਦ ਚ ਹੁਣ ਫਰੀਕ ਗਾਣੇ ਬਣਾ ਰਿਹਾ ਫਰੀਕ ਨੇ ਬਹੁਤ ਅੱਛੇ ਗਾਣੇ ਬਣਾਏ ਨੇ ਆ ਹਰਮਨੋਣਾ ਨੇ ਹਰਮਨ ਤੇ ਓਂਕਾਰ ਜਨਣਾ ਨੇ ਗਾਣੇ ਦਾ ਮਿਊਜ਼ਿਕ ਕੀਤਾ ਜਸਤ ਮਿਰਲੀ ਲਿਖ ਰਿਹਾ ਜੀ ਪੁਲਸ਼ਾਨ ਲਿਖ ਵੀ ਰਿਹਾ ਤੇ ਮਿਊਜ਼ਿਕ ਵੀ ਬਣਾ ਰਿਹਾ ਹੋਰ ਬਹੁਤ ਸਾਰੇ ਨਾਮੀ ਲੋਕ ਨੇ ਜਿਨ੍ਹਾਂ ਨੇ ਗਾਣੇ ਬਣਾਏ ਨੇ ਹੁਣ ਪਰ ਹੁਣ ਉਹ ਜਗ੍ਹਾ ਤੇ ਆ ਗਏ ਜਿੱਥੇ ਵੀ ਹਾਂ ਪੈਸਾ ਦੋ ਤੇ ਗਾਣੇ ਬਣਵਾਓ ਇਹਨਾਂ ਚੋਂ ਕੁਝ ਬੰਦੇ ਨੇ ਜਿਹੜੇ ਮੇਰੇ ਨਾਲ ਉੱਧਾ ਖੜੇ ਨੇ ਕਿ ਪੈਸਾ ਫੇਕ ਤਮਾਸ਼ਾ ਦੇਗਾ ਹਾਂ ਕਿ ਤੁਸੀਂ ਸੱਟ ਲਈ ਗਾ ਦੋ ਅਸੀਂ ਤੁਹਾਡੇ ਲਈ ਗਾਣਾ ਬਣਾ ਦਿੰਨੇ ਆ ਉਸ ਸਮੇਂ ਕੀ ਸੀ ਕਿ ਤੁਸੀਂ ਆਓ ਜੀ ਤੁਹਾਡੇ ਲਈ ਅਸੀਂ ਗਾਣੇ ਬਣਾਉਨੇ ਆ ਜੀ ਉਹ ਪਤਾ ਨਹੀਂ ਕਿੱਧਰ ਚਲੇ ਗਏ ਜਿਹੜੇ ਬਾਹਰਲੇ ਵੀ ਸੀ ਜਿਨ੍ਹਾਂ ਨੇ ਐਡਵਾਂਸ ਭੇਜੇ ਸੀ ਮੈਨੂੰ ਕਈ ਵਾਰ ਤਾਂ ਲੱਗਦਾ ਕਿ ਆਡੀਅנס ਮੇਰੇ ਨਾਲ ਖੜੀ ਹੈ ਲੇਕਿਨ ਕੋਈ ਨਾ ਕੋਈ ਬੰਦਾ ਐਸਾ ਜ਼ਰੂਰ ਹੈ ਜਿਹੜਾ ਚਾਹੁੰਦਾ ਕਿ ਨਿੱਕੂ ਇੰਡਸਟਰੀ 'ਚ ਨਾ ਆਵੇ ਮੈਨੂੰ ਅੱਜ ਵੀ ਚਿੱਤਿਆ ਜਦੋਂ ਕੰਟਰੋਵਰਸੀ ਹੋਈ ਉਹ ਤੋਂ ਬਾਅਦ ਮੇਰੇ ਕਰੇ ਜਿਹੜੇ ਪਹਿਲੇ ਪਹਿਲੇ ਐਡਵਾਂਸ ਦੇ ਪੈਸੇ ਆਏ ਨੇ ਉਹਨਾਂ ਦਿਨਾਂ 'ਚ ਮੇਰੇ ਲਈ 10000 ਅਮਾਉਂਟ ਵੱਡੀ ਅਮਾਉਂਟ ਸੀ 10000 ਬਹੁਤ ਸੀਗਾ ਜੀ ਲੇਕਿਨ ਉਹਨਾਂ ਦਿਨਾਂ 'ਚ ਜਦੋਂ ਕਿਤੋਂ ਐਡਵਾਂਸ 5-6 ਲੱਖ ਰੁਪਈਆ ਆਉਣਾ ਇਹਦਾ ਮਤਲਬ ਸੀ ਕਿ ਨਿਕੂ ਉਹਨਾਂ ਦੀ ਵੇਟ ਕਰੂ ਕਿ ਇਹ ਮੇਰੇ ਸ਼ੋ ਹੋਣਗੇ ਹੂੰ ਲੇਕਿਨ ਹਲ ਤੱਕ ਸ਼ੋ ਨਹੀਂ ਹੋਏ ਸਾਲ ਹੋ ਗਿਆ ਇਸ ਗੱਲ ਨੂੰ ਕੋਈ ਸ਼ੋ ਨਹੀਂ ਹੋਇਆ ਉਹ ਕੋਈ ਸ਼ੋ ਨਹੀਂ ਹੋਇਆ ਨਾ ਕੈਨੇਡਾ ਹੋਏ ਨਾ ਅਮਰੀਕਾ ਹੋਏ ਮਤਲਬ ਲੋਕਾਂ ਨੂੰ ਸ਼ੋ ਹੋਇਆ ਵੀ ਸ਼ੋ ਹੋ ਰਿਹਾ ਲੋਕਾਂ ਨੂੰ ਐ ਲੱਗਣ ਲੱਗਾ ਨਿੱਕੂ ਕਰੋੜਾਂ ਰੁਪਏ ਕਮਾਏ ਬੇਟਾ ਮੇਰੇ ਘਰੇ ਜਿੰਨਾ ਦੇ ਕਰਜ਼ੇ ਜਿੰਨਾ ਦੇ ਆਪਾਂ ਪੈਸੇ ਦੇਣੇ ਸੀ ਉਹ ਬੰਦਿਆਂ ਦਾ ਤੰਤਾ ਲੱਗਣਾ ਸ਼ੁਰੂ ਹੋ ਗਿਆ ਬੈਂਕ ਆਉਣੇ ਸ਼ੁਰੂ ਹੋ ਗਈਆਂ ਹੁਣ ਤਾਂ ਤੁਸੀਂ ਕਰੋੜਾਂ ਰੁਪਏ ਇਕੱਠਾ ਕਰ ਲਿਆ ਹੁਣ ਕਿਉਂ ਨਹੀਂ ਦਿੰਦੇ ਪੈਸੇ ਹੁਣ ਮੈਂ ਕਿਹਨੂੰ ਕੱਲੀ-ਕੱਲੀ ਨੂੰ ਜਾ ਕੇ ਗੱਲ ਦੱਸਾਂ ਕਿ ਭਾਈ ਹਲੇ ਪੈਸੇ ਨਹੀਂ ਆਏ ਤਾਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਹੁਣ ਸ਼ੋਅ ਲਾਉਣੇ ਸ਼ੁਰੂ ਕੀਤੇ ਵਿਆਂ ਦੇ ਉਹ ਟਾਮੇ-ਟਾਮੇ ਨੇ ਕਿਉਂਕਿ ਕੈਨੇਡਾ ਵਾਲੇ ਜਿਹੜੇ ਲੋਕ ਐ ਸੀ ਆਪਾਂ ਸ਼ੋਅ ਕਰਾਉਣੇ ਨੇ ਕੁੜੀਆਂ ਪੈਣਾ ਜਿਹੜੀਆਂ ਕਹਿੰਦੀਆਂ ਸੀ ਉਹ ਇੱਕਦਿੱਖ ਕੈਨੇਡ ਜਾਂ ਸ਼ਾਇਦ ਫੋਰਮ ਤੋਂ ਲੋਕ ਘਟਾਏ ਹੋਣਗੇ ਜਿਹੜੇ ਪ੍ਰੋਮਿਸ ਕਰਦੇ ਸੀ ਇੰਡੀਆ ਸੀ ਜਿਹਨਾਂ ਨੇ ਕੀਤਾ ਉਹ ਮਨ ਲਗਾ ਦਾ ਛੋਟੇ ਛੋਟੇ ਕਰਕੇ ਸ਼ੋਅ ਕਰਾਉਣੇ ਸ਼ੁਰੂ ਕਰ ਰਹੇ ਨੇ ਕਿਹੜੇ ਕਿਹੜੇ ਟਰੈਕ ਜਿਹੜੇ ਨਵੇਂ ਆ ਰਹੇ ਤੁਹਾਡੇ ਬਹੁਤ ਸਾਰੇ ਆ ਰਹੇ ਜੀ ਹੁਣ ਕਿਸੇ ਇੱਕ ਦਾ ਜ਼ਿਕਰ ਅ ਸਭ ਤੋਂ ਪਹਿਲਾਂ ਤਾਂ ਜਿਹੜਾ ਹੁਣ ਇਹ ਡੱਬੀ ਚਾਂਦੀ ਦੀ ਆਇਆ ਡੂ ਇਟ ਮੇਰੇ ਤੇ ਇਹਨਾਂ ਦਾ ਨਾਲ ਮੇਰੇ ਦੀਪਕ ਨੇ ਗਾਇਆ ਜੀ ਤੇ ਯਸ਼ਕਾ ਨੇ ਮਾਡਲਿੰਗ ਕੀਤੀ ਹੈ ਜਸਟਨ ਨੇ ਇਹਦਾ ਇਹਨੂੰ ਲਿਖਿਆ ਜਸਟਨ ਪ੍ਰੀਤ ਨੇ ਉਨੀ ਵੀਡੀਓ ਕੀਤਾ

ਜੱਟ ਨੇ ਤਾਂ ਅੜ ਨਹੀਂ ਹੁੰਦਾ ਸੱਚੋ ਸੱਚ ਦੱਸਦੇ ਮੈਨੂੰ ਕਾ ਤੋ ਗਣ ਕਿਚ ਗਿਆ ਮਟਰ ਤੇ ਆ ਤੋ ਜਾਣਾ ਗਿਜ ਗਿਆ ਮਟਰ ਤੇ ਆਈ ਡੋ ਨੋ ਹਾਂ ਘਰ ਦੀ ਕੱਡੀ ਚੱਲਦੀ ਐ ਕੁੱਕੜ ਹੁਣ ਰਜਗਾ ਮਟਰ ਤੇ

ਨਹੀਂ ਅੱਤ ਜਿਵੇਂ ਸ਼ਬਦ ਆਏ ਵਿੱਚ ਤੁਹਾਨੂੰ ਸਮਝ ਲੱਗ ਰਿਹਾ ਜਿਵੇਂ ਗਿੱਜ ਗਏ ਤੁਸੀਂ ਖਿੱਚ ਗਏ ਕਿਹਾ ਹਾਂ ਕਿਤੇ ਕਿਤੇ ਸ਼ਹਿਰ ਚ ਰਹਿੰਦੀ ਹੈ ਨਾ ਕਿਤੇ ਕਿਤੇ ਹੋ ਰਹੀ ਹੈ ਕਈ ਕਈ ਨੂੰ ਨਹੀਂ ਪਤਾ ਲੱਗਦੇ ਪੰਜਾਬੀ ਸ਼ਬਦ ਆਉਂਦੇ ਆ ਜਮੈਂ ਗਿੱਜ ਗਿਆ ਮੋਟਰ ਤੇ ਉਹ ਵੀ ਜਿਹੜੀ ਸਟੇਟ ਪੰਜਾਬੀ ਹੈ ਨਾ ਉਹ ਥੋੜੀ ਅੜ ਜਾਂਦੀ ਹਾਲੇ ਥੋੜਾ ਹਿੰਦੀ ਟੱਚ ਹੈਗਾ ਵਿੱਚ ਮੈਨੂੰ ਮਿਲਿਆ ਉਹ ਕਹਿੰਦੀ ਮੈਨੂੰ ਪਾਥੀਆਂ ਨਹੀਂ ਪਤਾ ਕੀ ਹੁੰਦੀਆਂ ਨਹੀਂ ਨਹੀਂ ਇੰਨਾ ਤਾਂ ਪਤਾ ਹੈ ਮੇਰੇ ਨਾਲ ਕਿੰਨਾ ਹੁਣ ਮਨ ਚ ਆਇਆ ਸੀ ਗੀਤ ਬਣਾ ਰਿਹਾ ਇੱਕ ਇਹ ਛੋਟੇ ਸਾਹਿਬ ਜਦਾਂ ਦੀ ਸ਼ਹੀਦੀਆਂ ਵਾਲੇ ਦਿਨਾਂ ਦੇ ਵਿੱਚ ਆਪਾਂ ਪਲਾਨ ਕਰ ਰਹੇ ਹਾਂ ਮੈਕਦਨੀ ਕੁੜੀ ਦੇਖੀ ਇੰਟਰਵਿਊ ਉਹ ਬੱਚਿਆਂ ਦੀ ਇੰਟਰਵਿਊ ਗੁਰਦੁਆਰੇ ਕਰਦੀ ਫਿਰਦੀ ਹੈ ਅ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੋਇਆ ਸੀ ਕਿ ਪਹਿਲੇ ਗੁਰੂ ਕਿਹੜੇ ਸੀ ਉਹ ਬੱਚਾ ਕਹਿੰਦਾ ਪਤਾ ਨਹੀਂ ਜੀ ਹੂੰ ਗੁਰੂ ਨੰਗਦੇਵ ਜੀ ਕਿੰਨੇ ਗੁਰੂ ਜੀ ਉਹ ਕਹਿੰਦਾ ਜੀ 10ਵੇਂ ਗੁਰੂ ਹੂੰ ਉਹ ਗੱਲਾਂ ਸੁਣਨ ਕਿ ਮੈਂ ਕਈ ਵਾਰ ਬਜ਼ੁਰਗਾਂ ਨੂੰ ਵੀ ਦੇਖਦਾ ਕਈ ਬਜ਼ੁਰਗ ਗੁਰਦਿਆਂ ਚ ਹੁੰਦੇ ਨੇ ਦਾੜੇ ਪ੍ਰੋਪਰ ਸਰੂਪ ਹੁੰਦੇ ਨੇ ਉਹਨਾਂ ਨੂੰ ਪੁੱਛਣਗੇ ਪੰਜ ਪਿਆਰੇ ਦੇ ਨਾਮ ਚਾਰ ਸਬਜ਼ਾ ਦੇ ਨਾਮ ਨਹੀਂ ਪਤਾ ਹੁੰਦੇ ਅਸੀਂ ਇੱਕ ਗੀਤ ਬਣਾ ਰਹੇ ਹਾਂ ਜਿਹਦੇ ਵਿੱਚ 10 ਗੁਰੂ ਚਾਰ ਸਬਜ਼ਾ ਦੇ ਪੰਜ ਪਿਆਰੇ 40 ਮੁਕਤੇ ਉਹਨਾਂ ਨੂੰ ਅਸੀਂ ਇਦਾਂ ਲੜੀ ਚ ਪਰੋਣ ਲੱਗਿਆ ਜਿਵੇਂ ਇੱਕ ਗੀਤ ਆਇਆ ਸੀ ਕਾਫੀ ਦਿਨ ਪਹਿਲਾਂ ਗੁਰਮੀਤਪਾ ਜੀ ਦੇ ਪਾਪਾ ਜਿਹੜੇ ਸੀਗੇ ਨਾ ਮਿਊਜ਼ਿਕ ਡਾਇਰੈਕਟਰ ਸੀਗੇ ਉਹ ਵੀ ਜੀ ਇੱਕ ਫਿਲਮ ਆਈ ਸੀ ਮਨ ਜੀਤੇ ਜਗਜੀਤ ਹੂੰ ਉਹ ਚ ਗਾਣਾ ਸੀਗਾ ਉੜਾ ਐਣਾ ਈੜੀ ਸਸਾ ਹਾ ਹਾ ਬੋਲਣਾ ਕਦੇ ਨਾ ਢੋਲਣਾ ਉਹ ਸਾਰਾ ਉੜਾ ਐੜੇ ਨੂੰ ਲੈ ਕੇ ਉਹ ਗਾਣਾ ਬਣਾਇਆ ਸੀ ਤੇ ਜਿਵੇਂ ਉਹ ਗਾਣਾ ਚੱਲਦਾ ਸੀ ਉੜਾੜਾ ਜਿਹਨੂੰ ਨਹੀਂ ਵੀ ਆਉਂਦਾ ਸੀ ਉਹ ਗਾਣੇ ਥਰੂ ਪੂਰਾ ਉੜਾੜਾ ਯਾਦ ਹੋ ਜਾਂਦਾ ਸੀ ਨਰਮਲ ਸਿੱਧੂ ਖਾਨ ਨੇ ਵੀ ਇੱਕ ਗਾਣਾ ਕਰਿਆ ਸੀ ਉੜਾ ਉਹਨਾਂ ਨੇ ਵੀ ਕੀਤਾ ਸੀ ਤੇ ਮੈਨੂੰ ਲੱਗਦਾ ਕਿ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਜਿਹੜੀ ਨਹੀਂ ਯਾਦ ਹੁੰਦੀ ਕਿਸੇ ਨੂੰ ਜਦ ਕਿ ਸਾਨੂੰ ਅਸੀਂ ਜੇ ਸਿੱਖ ਧਰਮ ਚ ਪੈਦਾ ਹੋਏ ਆ ਸਾਨੂੰ ਇਹ ਸਾਰੀਆਂ ਚੀਜ਼ਾਂ ਵੈਸੀ ਯਾਦ ਹੋਣੀਆਂ ਚਾਹੀਦੀਆਂ ਨੇ ਪਰ ਸਾਡਾ ਆਰਟਿਸਟਾਂ ਦਾ ਇੱਕ ਧਰਮ ਹੈ ਕਿ ਅਸੀਂ ਆਪਣੇ ਵਿਰਸੇ ਨਾਲ ਲੋਕਾਂ ਨੂੰ ਜੋੜਨਾ ਟਾਈਮ ਟੂ ਟਾਈਮ ਹਰ ਤਰ੍ਹਾਂ ਦੀ ਗੱਲ ਕਰੀਏ ਸੋ ਮੇਰੇ ਇੱਕ ਮਨਪ੍ਰਥਾਟ ਆਜੀ ਲੱਗਦਾ ਜਿਵੇਂ ਤੁਹਾਡੀ ਗੱਲ ਚੋਂ ਜਿਵੇਂ ਕੋਈ ਵੀ ਜਿਸ ਨੇ ਵੀ ਸਵਾਲ ਪੁੱਛਿਆ ਮੈਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਬਜ਼ੁਰਗਾਂ ਨੂੰ ਵੀ ਨਹੀਂ ਪਤਾ ਹੁੰਦਾ ਬਈ ਗੱਲ ਅਸੀਂ ਜੇ ਸਿਖਾਵਾਂਗੇ ਤਾਂ ਹੀ ਪਤਾ ਲੱਗੂਗਾ ਜਾਂ ਮੈਂ ਮੇਰੇ ਵਰਗਾ ਜਾ ਕੇ ਪੱਤਰਕਾਰ ਜਾ ਕੇ ਸਿੱਧਾ ਤੁਹਾਨੂੰ ਪੁੱਛ ਲੈ ਵੀ ਨਾਲਾ ਹਰਦਿਆਲ ਕੌਣ ਸੀ ਨਹੀਂ ਪਤਾ ਹੋਊਗਾ ਮੈਨੂੰ একদম একদম ਨਹੀਂ ਪਤਾ ਲੱਗੇਗਾ ਨਾ ਤਾਂ ਮੈਨੂੰ ਨਹੀਂ ਪਰ ਉਹ ਹੀ ਹੈ ਨਾ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਗੀਤਾਂ ਚ ਪਰੋ ਕੇ ਦਵਾਂਗੇ ਨਾ ਮੈਨੂੰ ਲੱਗਦਾ ਸੌਖੀ ਸਾਡੀ ਸਾਰੀ ਸਾਰੇ ਆਵਾਮ ਨੂੰ ਇਹ ਯਾਦ ਹੋ ਜਾਣਗੇ ਚੀਜ਼ਾਂ ਇਹ ਜ਼ਰੂਰੀ ਨੇ ਜੀ ਕਿ ਜੇ ਅਸੀਂ ਸਿੱਖੀ ਧਰਮ ਦੇ ਵਿੱਚ ਆ ਤਾਂ ਸਾਨੂੰ ਸਿੱਖੀ ਧਰਮ ਦੇ ਜਿਹੜੀਆਂ ਪਹਿਲੀਆਂ ਸਭ ਤੋਂ ਮੁੱਢਲੀਆਂ ਚੀਜ਼ਾਂ ਨੇ ਸਭ ਪਤਾ ਹੋਣੀ ਜ਼ਰੂਰੀ ਨੇ ਜਦੋਂ ਵੀ ਕੋਈ ਦਿਨ ਤਿਹਾਰ ਆਉਂਦਾ ਇਹ ਕਿੰਨਾ ਦਾ ਦਿਨ ਮਨਾ ਰਿਹਾ ਸੀ ਕਿਉਂ ਮਨਾ ਰਿਹਾ ਇਸ ਚੀ ਦੀ ਦਿਨ ਨੇ ਜਿਵੇਂ ਹੁਣ ਜਿਹੜੇ ਹੁਣ ਦਸੰਬਰ ਦਾ ਮਹੀਨਾ ਸ਼ੁਰੂ ਹੋਣਾ ਜੀ ਛੇ ਤਰੀਕ ਤੋਂ ਬਾਅਦ ਆਪਾਂ ਕੋਈ ਵੀ ਜਿਹੜੇ ਸਿੱਖਾਂ ਦੇ ਪਰਿਵਾਰਾਂ ਦੇ ਵਿੱਚ ਬਹੁਤ ਪਿੰਡ ਤਾਂ ਐਸੇ ਨੇ ਜਿਹੜੇ ਮੰਜਿਆਂ ਤੇ ਵੀ ਨਹੀਂ ਸੌਂਦੇ ਬੈੱਡ ਤੇ ਵੀ ਨਹੀਂ ਸੌਂਦੇ ਨੀਚੇ ਸੌਂਦੇ ਨੇ ਤੇ ਸ਼ਗਨ ਦਾ ਕੋਈ ਵੀ ਨਹੀਂ ਕੰਮ ਕੀਤਾ ਜਾਂਦਾ ਜੀ ਹੁਣ ਇਹ ਦੂਜੇ ਧਰਮ ਵਾਲੇ ਲੋਕਾਂ ਨੂੰ ਸ਼ਾਇਦ ਇਹ ਚੀਜ਼ਾਂ ਨਾ ਪਤਾ ਹੋਣ ਹੂੰ ਸੋ ਜੇ ਅਸੀਂ ਇਹਨਾਂ ਬਾਰੇ ਟਾਈਮ ਟੂ ਟਾਈਮ ਅਵੇਅਰ ਕਰਾਂਗੇ ਤੇ ਸਭ ਨੂੰ ਪਤਾ ਹੋਣਗੀਆਂ ਹੁਣ ਸਾਡੇ ਬੱਚਾ ਨੂੰ ਨਹੀਂ ਪਤਾ ਹੁੰਦੀ ਐ ਅਰਜਨ ਅਰਜਨ ਵੈਲੀ ਗਾਣਾ ਆਇਆ ਸੁਣਿਆ ਤੁਸੀਂ ਬਿਲਕੁਲ ਸਹੀ ਹੈ ਜੀ ਮੈਨੂੰ ਲੱਗਦਾ ਕਿ ਸਾਡੇ ਪੁਰਾਣੇ ਲੋਕਾਂ ਦੇ ਗਾਣੇ ਨਾ ਥੋੜੇ ਜਿਹਾ ਹੋਮਿਓਪੈਥਿਕ ਦਵਾਈ ਵਰਗੇ ਹੁੰਦੇ ਨੇ ਜਿਵੇਂ ਨਾ ਅਸੀਂ ਸਟੇਜ ਤੇ ਜਾ ਕੇ ਜਦੋਂ ਗਾਣਾ ਗਾਉਣਾ ਜਿੰਨੇ ਪੁਰਾਣੇ ਆ ਸਟਾਰਟ ਥੋੜੇ ਜਿਹਾ ਓਕੇ ਹੁੰਦਾ ਲੇਕਿਨ ਜਦੋਂ ਸਟਾਰਟ ਹੁੰਨੇ ਆ ਫਿਰ 2 ਘੰਟੇ ਬਾਅਦ ਤਾਂ ਅਸੀਂ ਐਂ ਲੱਗਦਾ ਵੀ ਹੁਣ ਗਰਮ ਹੋਇਆ ਹੁਣ ਜਿੰਨਾ ਮਰਜ਼ੀ ਗਵਾਓ ਤੇ ਹੁਣ ਦੇ ਬੱਚੇ ਹੁਣ ਦੇ ਆਰਟਿਸਟ ਅੱਧੇ ਘੰਟੇ 1.5 ਘੰਟੇ ਅੱਧੇ ਪੂਣੇ ਘੰਟੇ ਬਾਅਦ ਕਹਿਣਗੇ ਉਹ ਕੱਢੀ ਸਾਡਾ ਟਾਈਮ ਹੋ ਗਿਆ ਜੀ ਕਿੰਨਾ ਲੰਬਾ ਸਮਾਂ ਇੱਕ ਖਾੜਾ ਜਾਂ ਪ੍ਰੋਗਰਾਮ ਇੰਨੇ ਤੱਕ ਤਾਂ ਸਾਨੂੰ ਮਜ਼ਾ ਆਉਂਦਾ ਪਰ ਹੁਣ ਤਾਂ ਮੈਟਰ ਵੀ ਨਹੀਂ ਯਾਦ ਹੁੰਦਾ ਬਹੁਤਿਆਂ ਦੇ ਪਤਾ ਨਹੀਂ ਹੁਣ ਤਾਂ ਰਜਿਸਟਰ ਰੱਖ ਕੇ ਮੂਰੇ ਬੈਠੇ ਹੁੰਦੇ ਨੇ ਤੁਸੀਂ ਵੀ ਰੱਖਦੇ ਹੋ ਰਜਿਸਟਰ ਨਾ ਮੈਂ ਜਦੋਂ ਦੁਬਾਰਾ ਇਸ ਲੈਣ ਚ ਆਇਆ ਜਦੋਂ ਗਾਣੇ ਟੋਟਲੀ ਭੁੱਲ ਗਏ ਸੀ ਕਿਉਂਕਿ ਉਹ ਡਿਪਰੈਸ਼ਨ ਐਨਾ ਸੀ ਸਭ ਕੁਝ ਭੁੱਲ ਚੁੱਕਿਆ ਸੀ ਤੇ ਪਰ ਹੁਣ ਫਿਰ ਦੁਬਾਰਾ ਉਦਾਂ ਹੀ ਯਾਦ ਹੈ ਜੀ ਤੇ ਜਿਹੜੀ ਆਪਾਂ ਅਰਜਨ ਵੈਲੀ ਦੀ ਗੱਲ ਕੀਤੀ ਹੈ ਭពਿੰਦਰ ਬਾਈ ਹੋਰਾਂ ਦੇ ਗਾਣੇ ਮੈਨੂੰ ਲੱਗਦਾ ਜੇ ਆਪਾਂ ਸਾਰੇ ਦਸਿਆ ਲੋਕਾਂ ਨੂੰ ਉਹ ਮੁੰਡੇ ਆ ਗਈ ਓਏ ਸਿਰ ਤੇ ਗਾਗਰ ਰੱਖੀ ਉਹ ਸਾਰੇ ਗਾਣੇ ਇੰਨੇ ਕਬਾਲ ਹੁੰਦੀ ਸੀ ਤਰਜ਼ਾ ਇੰਨੀਆਂ ਪਿਆਰੀ ਹੁੰਦੀ ਸੀ ਬਾਈ ਉਹਨਾਂ ਦੀਆਂ ਪਰ ਸੋਚੋ ਕਦੋਂ ਆ ਕੇ ਭਾਗ ਲੱਗਿਆ ਗਾਣੇ ਨੂੰ ਹੂੰ ਇਹ ਵੀ ਇਹ ਸਮਝੋ ਜਿਸਮਾ ਤੋਂ ਪਾਰ ਦੀ ਗੱਲ ਹੀ ਹੋ ਗਈ ਉਹ ਕਦੋਂ ਜਾ ਕੇ ਲੋਕਾਂ ਨੂੰ ਪਤਾ ਲੱਗਿਆ ਵੀ ਨਿੱਕੂ ਦਾ ਗਾਣਾ ਹੈ ਐਸੇ ਗਾਣੇ ਜਿਸਮਾ ਤੋਂ ਪਾਰ ਦੀ ਗੱਲ ਹੈ ਸਥਾਈ ਸੁਣਾਓ ਜਿਸਮਾ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ ਜਿਸਮਾ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਐ ਕਰਤਾ ਦਿਲ ਤੇਰੇ ਨਵੇਂ ਸਜਣਾਤ ਬਾਰ ਦੀ ਗੱਲ ਤੇਰੇ ਤੇ ਹੱਕ ਸਮਝਦੇ ਨਾ ਕੇ ਹੰਕਾਰ ਦੀ ਗੱਲ ਐ ਜਿਸਮਾ ਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਬਹੁਤ ਬਹੁਤ ਸ਼ੁਕਰੀਆ ਜਿਸਮਾ ਤੋਂ ਪਾਰ ਦੀ ਗੱਲ ਹੈ ਬਹੁਤ ਅੱਛਾ ਲੱਗਿਆ ਤੁਹਾਨੂੰ ਦੋਨਾਂ ਨੂੰ ਮਿਲ ਕੇ ਤੇ ਤੁਹਾਡੀ ਨਵੀਂ ਕੰਪਨੀ ਤਰੱਕੀ ਕਰੇ ਪੰਜਾਬ ਦੀ ਫਿਜ਼ਾ ਦੇ ਵਿੱਚ ਤੁਹਾਡੇ ਗੀਤ ਦੁਆਰਾ ਗੂੰਜਣ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਮੇਰੀ ਸਾਰੀ ਆਡੀਅנס ਨੇ ਇਹ ਰਿਕੁਐਸਟ ਹੈ ਕਿ ਤੁਸੀਂ ਹੁਣ ਸਾਤ ਤਾਂ ਖੁੱਲ੍ਹ ਦੇ ਲੈਣ ਦੇ ਚੁੱਕੇ ਹੋ ਹੁਣ ਕੰਪਨੀ ਬਣਾਈ ਹੈ ਦੇ ਵਿੱਚ ਬਹੁਤ ਸਾਰੇ ਗੀਤ ਜਿਹੜੇ ਹੁਣਾਉਣੇ ਨੇ ਇੱਕ ਇੱਕ ਕਰਕੇ ਗੀਤਾਂ ਨੂੰ ਵੀ ਕਬੂਲ ਦੇ ਰਹੋ ਤਾਂ ਕਿ ਤੁਹਾਡਾ ਨਿਕੋ ਇਸ ਇੰਡਸਟਰੀ ਚ ਵਾਪਸ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤਾ ਰਹੇ ਤੇ ਆਪਣੀ ਦਸਤਾਰ ਰਹੀ ਪਹਿਲਾਂ ਵਾਂਗੂ ਹਮੇਸ਼ਾ ਕਰਦਾ ਰਹੇ। ਲਓ ਜੀ ਦੇਸੀ ਮੀਟ ਪ੍ਰੋਗਰਾਮ ਦੇ ਵਿੱਚ ਇਹ ਸਨ 인ਦਰਜੀਤ ਨਿੱਕੂ ਤੇ ਜੈਸਿਕਾ ਆਨੰਦ। ਉਹਨਾਂ ਦਾ ਗੀਤ ਜਿਹੜਾ ਆ ਰਿਹਾ ਤੁਸੀਂ ਉਹ ਦੇਖਣਾ ਵੀ ਹੈ ਤੇ ਅਗਲੇ ਗੀਤ ਜਿੰਨੇ ਵੀ ਆਉਣਗੇ ਨਿੱਕੂ ਭਾਜੀ ਦੇ ਉਹਨਾਂ ਨੂੰ ਸੁਣਨਾ ਤੇ ਆਨੰਦ ਮਾਣਨਾ ਪੰਜਾਬ ਦੀ ਫਿਜ਼ਾ ਚ ਇਸੇ ਤਰ੍ਹਾਂ ਪਿਆਰ ਮੁਹੱਬਤ ਵਾਲੇ ਗੀਤ ਗੂੰਜਣ ਨਾ ਕਿ ਹਥਿਆਰਾਂ ਵਾਲੇ। ਦੇਖਦੇ ਰਹੋ ਪ੍ਰੋਗਰਾਮ ਦੇਸੀ ਮੀਟ